ਹਾਂਜੀ, ਆਪਾਂ ਜਿਹੜੀ ਕਵਿਸ਼ਰੀ ਆ ਇਹ ਠੀਕ ਹੈ ਜੀ, ਵਾਰ ਆ ਹਾਂਜੀ, ਇਹਨੂੰ ਅਗਲੀ ਬ੍ਰੇਕ ਵਿੱਚ ਸੁਣਾਂਗੇ ਆਪਾਂ। ਠੀਕ ਠੀਕ ਹੈ ਜੀ। ਅਤੇ ਗੱਲ ਸਵਾਲ ਤਾਂ ਕਈ ਉੱਠਦੇ ਆ, ਪਰ ਆਹ ਵੀ ਜਿਹੜਾ ਭਾਈ ਸਾਹਿਬ ਨੇ ਸਵਾਲ ਕੀਤਾ ਵੀ ਜਿਹੜਾ ਬਾਬਾ ਬੁੱਢਾ ਜੀ ਵਾਲਾ ਹੁਣ ਜੀ ਸਰੋਵਰ ਹਾਂਜੀ ਜਿਹੜਾ ਖਾਲੀ ਕੀਤਾ ਆ, ਰਾਈਟ, ਠੀਕ ਆ, ਅਤੇ ਉਹ ਉਹਦਾ ਅੰਮ੍ਰਿਤ, ਸਰੋਵਰ ਦਾ ਅੰਮ੍ਰਿਤ ਰੋੜਤਾ ਸਰ ਕਿੱਥੇ ਕਿਹੜੇ ਨਾਲੇ ਵਿੱਚ ਡੋਲਿਆ? ਆ ਵੀਰ ਦਾ ਮੈਸੇਜ ਆਇਆ ਜੀ ਵੀ ਸਿੱਕਾ ਕਹਿੰਦਾ ਵੀ 5 ਕਰੋੜ ਲੱਗਾ ਮੇਰਾ। ਰਾਈਟ, ਠੀਕ ਹੈ ਜੀ। ਠੀਕ, ਹੁਣ 5 ਕਰੋੜ ਤੁਸੀਂ ਨਾ ਪੰਜਾਬ ਦੇ ਵਿੱਚ ਜਿਹੜੇ ਬੰਦੇ ਬਿਜ਼ਨਸ ਕਰਦੇ ਆ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਇੱਦਾਂ 5 ਕਰੋੜ ਅੱਜ ਕੀ ਅਹਿਮੀਅਤ ਆ 5 ਕਰੋੜ ਦੀ ਪੰਜਾਬ ਦੇ ਵਿੱਚ ਖਾਸ ਕਰਕੇ। ਠੀਕ ਆ, ਫਿਰ 2.5-3 ਕਰੋੜ ਦੀ ਗੱਡੀ ਲੈਣੀ ਹੁੰਦੀ ਤਾਂ ਬੰਦਾ ਉੱਦਾਂ ਹੀ ਜਾ ਕੇ, ਠੀਕ ਆ, ਔਰ ਜਿਹੜੇ ਬਿਜ਼ਨਸ ਵਾਲੇ ਆ ਉਹਨਾਂ ਦੀ ਤਾਂ ਗੱਲਾਂ ਹੀ ਛੱਡ ਦਿਓ। ਠੀਕ ਆ, ਉਹ ਤਾਂ ਇੱਦਾਂ ਵੀ ਇੱਦਾਂ ਵੀ 300 ਕਰੋੜ, 700 ਕਰੋੜ, 1200 ਕਰੋੜ ਇੱਦਾਂ ਇੱਦਾਂ ਗੱਲ ਕਰਦੇ ਉਹ ਜਦੋਂ ਕਰਦੇ ਆ। ਠੀਕ ਆ, ਵੀ ਇੰਨੀ ਵੀ ਅਸੀਂ ਜਾਣੀ ਜਿਹੜੀ ਡਿਸਕਸ਼ਨ ਆ ਉਹ ਇਸ ਪਾਸੇ ਨੂੰ ਤੁਰੀ ਨਹੀਂ। ਕਿਸੇ ਵੀ ਬੰਦੇ ਨੇ ਇਹ ਨਹੀਂ ਕਿਹਾ ਵੀ ਆਪਾਂ ਕਿਉਂ ਨਹੀਂ ਇਹਦੇ ਉੱਤੇ ਵਿਚਾਰ ਕਰਦੇ। ਜਿਹੜੀ ਭਾਈ ਸਾਹਿਬ ਨੇ ਵੀ ਗੱਲ ਕੀਤੀ ਹੈ, ਆਪਾਂ ਕੀ ਕੀਤਾ, ਹਮੇਸ਼ਾ ਟੈਂਪਰੇਰੀ ਸੋਲੂਸ਼ਨ ਲੱਭੇ ਆ ਨਾ, ਮੋਡੀਫਿਕੇਸ਼ਨ ਕੀਤੀ ਹੈ। ਜਿਹੜਾ ਦੂਜਾ ਧਰਮ ਚੱਲਦਾ ਸੀਗਾ ਆਪਾਂ ਉਹਦੇ 'ਚ ਮੋਡੀਫਿਕੇਸ਼ਨ ਕਰਕੇ ਮੋਡੀਫਿਕੇਸ਼ਨ ਵੀ ਇੱਦਾਂ ਕੀਤੀ ਹੈ ਜਿਹਦੇ ਸਾਡੀ ਦੁਕਾਨ ਚੱਲ ਸਕੇ ਆਪਣੇ ਆਪ। ਜਿਹੜੀ ਭਾਈ ਸਾਹਿਬ ਨੇ ਕੀਤੀ ਹੈ, ਗੁਰੂ ਨਾਨਕ ਸਾਹਿਬ ਨੇ ਜਨੇਊ ਛੱਡਿਆ ਨਹੀਂ ਪਾਉਣਾ, ਪਰ ਉਹਦੇ ਨਾਲ ਆਪਣੀ ਗੱਲ ਕਹੀ, ਉਹਦੇ ਬਾਅਦ ਕਰਨਾ ਕੀ ਹੈ, ਫਿਰ ਮੈਂ ਇਹ ਕਰੂੰਗਾ, ਫਿਰ ਬਾਕੀ ਬੰਦੇ ਵੀ ਆਹ ਕਰ ਸਕਦੇ ਨੇ, ਇਹ ਵੀ ਆਪਸ਼ਨ ਨਾਲ ਦਿੱਤੀ ਨਾ ਸਾਡੇ ਬੰਦਿਆਂ ਨੇ, ਸਿਰਫ ਉਹਨੂੰ ਟਵਿਸਟ ਕਰਕੇ ਮੋਡੀਫਿਕੇਸ਼ਨ ਕਰਕੇ ਆਪਣੀ ਦੁਕਾਨ ਚੱਲਦੀ ਰੱਖੀ ਨਾਲ ਵਿੱਚ। ਉਹ ਚੀਜ਼ ਸੀਗੀ, ਆਪਣਾ ਕੁਛ ਨਹੀਂ ਕਰਕੇ ਦਿਖਾਇਆ। ਨਹੀਂ ਨਹੀਂ ਜੀ, ਠੀਕ ਆ, ਆਪਾਂ ਇੱਕ ਕਾਲ ਮਿਸ ਹੋਈ ਸੀਗੀ, 3 ਕਾਲਾਂ ਆਈਆਂ ਆ ਜੀ ਬ੍ਰੇਕ ਦੇ ਦੌਰਾਨ ਦੀਆਂ, ਉਹ ਆਪਾਂ ਕਰਕੇ ਅਤੇ ਹਰਦੇਵ ਸਿੰਘ ਜੰਮੂ ਹੁਣਾਂ ਨੂੰ ਫੋਨ ਕਰਕੇ ਦੇਖਾਂਗੇ। ਹਾਂਜੀ, ਅਤੇ ਨਾਲ ਹੋਰ ਜੇ ਕਿਸੇ ਵੀਰ ਨੇ ਵਿਚਾਰ ਕਰਨੀ ਹੋਵੇ ਉਹਨਾਂ ਨੂੰ ਬੇਨਤੀ ਆ, ਥੋੜ੍ਹਾ ਵੇਟ ਕਰ ਲਿਓ ਜੀ ਅਸੀਂ, ਕਿਉਂਕਿ ਜੇ ਹਰਦੇਵ ਸਿੰਘ ਹੁਣਾਂ ਨੂੰ ਫੋਨ ਲਾ ਲਿਆ ਤਾਂ ਉਹਦੇ ਵਿੱਚ ਨਹੀਂ ਅਸੀਂ ਹੋਰ ਕਿਸੇ ਨਾਲ ਗੱਲ ਕਰਨੀ ਚਾਹੁੰਦੇ। ਹਾਂਜੀ, ਸਵਾਗਤ ਹੈ ਜੀ, ਤੁਹਾਡੀ ਕਾਲ ਮਿਸ ਹੋਈ ਸੀ। ਸਤਿ ਸ਼੍ਰੀ ਅਕਾਲ ਸਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਇਹੀ ਬੇਨਤੀ ਕਰਦਾ ਸੀਗਾ ਜੀ, ਜਿਹੜਾ ਗੱਲ ਢੰਡਰੀ ਵਾਲਿਆਂ ਨੇ ਲਿਆ ਨਾ ਫੈਸਲਾ, ਹਾਂਜੀ, ਬਈ ਇੱਕ ਸਾਲ ਵਾਸਤੇ ਲੋਕਾਂ ਨਾਲ ਡਿਸਕਸ਼ਨ ਕਰਨੀ ਚਾਹੀਦੀ ਹੈ, ਇਹ ਬਹੁਤ ਜ਼ਰੂਰੀ ਹੈ ਜੀ। ਹਾਂਜੀ, ਜੇ ਜੇ ਡਿਸਕਸ਼ਨ ਹੁੰਦੀ ਹੋਵੇ ਤੇ ਲੋਕਾਂ ਨੂੰ ਸਵਾਲ ਕਰਨ ਦੇ ਮੌਕੇ ਮਿਲਦੇ ਹੋਣ। ਹਾਂਜੀ, ਤੇ ਜਿਹੜੀ ਆ ਦੀਵਾਨ ਹਾਲ ਤੋਂ ਜਿਵੇਂ ਕਥਾ ਕਰਦੇ, ਕੱਲ ਪਰਸੋਂ ਭਾਈ ਸਾਹਿਬ ਨੇ ਕਿਹਾ ਸੀ ਮੁਕਤਸਰ ਵਾਲਿਆਂ ਨੇ ਵੀ, ਹਾਂਜੀ, ਬਈ ਮੈਂ ਪਿੰਦਰਪਾਲ ਦੀ ਕਥਾ ਸੁਣੀ ਤੇ ਉਹ ਅਜੇ ਵੀ ਉੱਥੇ ਖੜਾ ਹੈ। ਹਾਂਜੀ, ਜੇ ਉੱਥੇ ਕਿਤੇ ਉਹਨਾਂ ਦੀ ਗੱਲਾਂ ਦੇ ਸਵਾਲ ਕਰਨ ਦੇ ਮੌਕੇ ਮਿਲਣ ਨਾ ਜੀ, ਵੀ ਆਹ ਗੱਲ ਇਹ ਹੈ ਤਾਂ ਆਹ ਕਿਉਂ ਆ ਫਿਰ। ਹਾਂਜੀ, ਤੇ ਮੇਰਾ ਖਿਆਲ ਹੈ ਲੋਕੀ ਉੱਥੇ ਬਹੁਤ ਅਵੇਅਰ ਹੋ ਜਾਣ ਜੀ, ਪਊਗਾ ਫਰਕ ਪਊ। ਹੋਰ ਵੀ ਹੈ ਜੀ, ਆਪਾਂ ਜਿਵੇਂ ਸਾਰਾ ਜ਼ੋਰ ਲਾਈ ਜਾਂਦੇ ਟੰਡਰੀ ਵਾਲੇ, ਸਾਰਾ ਕੁਛ ਕਰੀ ਜਾਂਦੇ, ਲੇਕਿਨ ਅਸਲ ਤਾਂ ਪਤਾ ਹੁਣ ਲੱਗੂਗਾ ਵੀ ਸਾਡੇ ਪੱਲੇ ਕਿੰਨਾ ਕੁ ਪਿਆ, ਮਤਲਬ ਲੋਕਾਂ ਦੇ ਪੱਲੇ ਕਿੰਨਾ ਕੁ ਪਿਆ। ਆਪਣਾ ਮਕਸਦ ਹੈਗਾ ਜੀ, ਉਹਨਾਂ ਦਾ ਮਕਸਦ ਹੈ ਟੰਡਰੀ ਵਾਲੇ ਦੇ ਲੋਕਾਂ ਨੂੰ ਅਵੇਅਰ ਕਰਨਾ ਸੱਚ ਦੇ ਪ੍ਰਤੀ, ਲੋਕ ਕਿੰਨਾ ਕੁ ਅਵੇਅਰ ਹੋਏ ਆ ਐਕਚੁਅਲੀ, ਇਸ ਗੱਲ ਦਾ ਤਾਂ ਪਤਾ ਹੁਣ ਉਦੋਂ ਲੱਗੂਗਾ ਜੀ ਕਿ ਲੋਕੀ ਅਜੇ ਵੀ ਭੇਡਾਂ ਨੂੰ ਸੁਣਨ ਹੀ ਆ ਜਾਂਦੇ ਤੇ ਸੁਣ ਕੇ ਹੀ ਮੁੜ ਜਾਂਦੇ ਆ। ਨਹੀਂ ਜੀ, ਆ ਕਪੂਰ ਦੀ ਕੋਟੇਸ਼ਨ ਆ ਜੀ, ਉਹ ਕਹਿੰਦਾ ਵੀ ਬਹੁਤੇ ਲੋਕ ਪੜ੍ਹਦੇ ਆ ਤੇ ਕੁਛ ਕੁਛ ਗਿਣਤੀ ਆ ਜਿਹੜੇ ਲਿਖ ਵੀ ਲੈਂਦੇ ਆ ਜੀ, ਪਰ ਜਦੋਂ ਸੋਚਣ ਦੀ ਗੱਲ ਆਉਂਦੀ ਆ ਨਾ, ਉਦੋਂ ਪੰਜਾਬੀਆਂ ਦੇ ਵਿੱਚ ਨਾਂ ਮਾਤਰ ਲੱਭਦੇ, ਜਦਕਿ ਗੱਲ ਜਿਹੜੀ ਆ ਨਾ ਉਹ ਉਦੋਂ ਬਣਨੀ ਆ ਜਦੋਂ ਅਸੀਂ ਸੋਚਣਾ ਸ਼ੁਰੂ ਕੀਤਾ। ਸਿਰਫ ਕਿਸੇ ਦਾ ਕਿਹਾ ਆ ਜਾਂ ਤਾਂ ਜਕਾਰੇ ਛੱਡਦੇ ਨੇ ਜਾਂ ਸਵਾਦ ਲੈਣੇ ਉਹਦੇ ਵਿੱਚੋਂ, ਸਾਨੂੰ ਇਦਾਂ ਲੱਗਦਾ ਵੀ ਸਾਡਾ ਏਜੰਡਾ ਜਿਹੜਾ ਆ ਜਿਹੜਾ ਮੈਂ ਸੋਚਣਾ ਸੀ ਉਹ ਇਹਨੇ ਸੋਚ ਲਿਆ ਬਸ, ਠੀਕ ਆ ਹੁਣ ਇਹ ਠੀਕ ਆ। ਥੈਂਕ ਯੂ ਜੀ, ਥੈਂਕ ਯੂ, ਬਿਲਕੁਲ ਜੀ, ਉਹਦੇ ਲਈ ਸਾਨੂੰ ਬੜਾ ਜ਼ਰੂਰੀ ਆ ਜੇ ਜਿਹੜੀ ਵਿਚਾਰ ਹੋਣੀ ਚਾਹੀਦੀ ਆ ਉਹ ਉਹ ਸਵਾਲਾਂ ਦੇ ਨਾਲ, ਜਿਹੜੇ ਤਰਕ ਆ ਜਿਹੜੇ ਅੰਦਰ ਸਾਡਾ ਆਪਣਾ ਦਿਮਾਗ ਅਸੀਂ ਸੋਚਣਾ ਸ਼ੁਰੂ ਕਰੀਏ ਉਹਦੇ ਵਿੱਚੋਂ ਫਿਰ ਸਵਾਲ ਉੱਠਣ, ਉਹ ਸਵਾਲ ਜਿਹੜੇ ਆ ਉਹਨਾਂ ਦੇ ਅਸੀਂ ਜਵਾਬ ਮੰਗੀਏ, ਫਿਰ ਸਾਨੂੰ ਪਤਾ ਲੱਗੇ ਪ੍ਰੈਕਟੀਕਲਿਟੀ ਕਿੰਨੀ, ਸਾਨੂੰ ਇਹ ਵੀ ਸਮਝ ਆਵੇ ਵੀ ਸਵਾਲ ਸਿਰਫ ਅਸੀਂ ਮਸ਼ਹੂਰ ਹੋਣ ਲਈ ਨਹੀਂ ਕਰਨੇ, ਆਪਣੀ ਇੰਪੋਰਟੈਂਸ ਦੱਸਣ ਲਈ ਨਹੀਂ ਕਰਨੇ। ਹਾਂਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ,
ਸਤਿਕਾਲ ਜੀ। ਸਤਿਕਾਲ ਜੀ ਵੀਰ ਜੀ, ਮੈਂ ਤਾਂ ਨਾ ਜਿਹੜੀ ਤੁਹਾਡੀ ਆਪਣੀ ਫਿਲਮ ਬਾਰੇ ਗੱਲ ਚੱਲਦੀ ਸੀ, ਇਹਦੇ ਬਾਰੇ ਥੋੜੀ ਜੀ ਗੱਲ ਕਰਨੀ ਸੀ। ਹਾਂਜੀ, ਵੀ ਵੈਸੇ ਤਾਂ ਜੀ ਤੁਸੀਂ ਸਾਰਾ ਕੁਛ ਦੱਸ ਹੀ ਦਿੱਤਾ, ਉਹ ਤਾਂ ਦੁਹਰਾਉਣ ਦੀ ਲੋੜ ਹੀ ਨੀ, ਵੀ ਕਿਵੇਂ ਵੀ ਜੇ ਨਹੀਂ ਲੱਗੀ ਤਾਂ ਵੀ ਉਹ ਆਪਦੀ ਉਹ ਦਿਖਾ ਕੇ, ਹਾਂਜੀ ਸ਼੍ਰੋਮਣੀ ਕਮੇਟੀ ਵਾਲੇ ਆਪਦੀ ਸਥਾਪਤੀ ਦਿਖਾ ਕੇ, ਵੀ ਜੇ ਲੱਗ ਜਾਂਦੀ ਤਾਂ ਵੀ ਉਹ ਟ੍ਰੇਲਰ ਦੇ ਵਿੱਚ ਹੀ ਧੰਨਵਾਦ ਕੀਤਾ ਹੋਇਆ ਸੀਗਾ ਉਹਨਾਂ ਦਾ, ਜਿਹੜੀ ਸਿੱਕੇ ਵਾਲੀ ਫਿਲਮ ਆ ਉਹ। ਹਾਂਜੀ, ਤੇ ਮੈਂ ਤਾਂ ਗੱਲ ਐ ਕਰਨੀ ਸੀ ਵੀ ਜਿਹੜੀ ਉਹ ਫਿਲਮ ਹੈ, ਵੀ ਜਿੰਨਾ ਕੁ ਮੈਂ ਟ੍ਰੇਲਰ ਦੇਖਿਆ ਉਹਦਾ, ਹਾਂਜੀ ਵੀ ਉਹਦੇ ਵਿੱਚ ਜ਼ਿਆਦਾਤਰ ਵੀ ਚਮਤਕਾਰ ਦਿਖਾਏ ਹੋਏ ਆ, ਵੀ ਜਿਵੇਂ ਹੁਣ ਵੀ ਜਾਂ ਸੱਪ ਦੀ ਛਾਂ ਕੀਤੀ ਹੋਈ ਹੈ, ਜਾਂ ਹੋਰ ਵੀ ਇੱਕ ਦੋ ਜਿਹੜੀਆਂ ਗੱਲਾਂ ਹੈਗੀਆਂ ਨੇ, ਵੀ ਜਾਂ ਪ੍ਰਕਾਸ਼ ਆਉਂਦਾ ਹੈਗਾ, ਸ਼ਕਤੀ ਆਉਂਦੀ ਹੈ। ਹਾਂਜੀ, ਤੇ ਉਹ ਤਾਂ ਫਿਰ ਆਪਣੇ ਜਿਹੜੇ ਪ੍ਰਚਾਰਕ ਨੇ ਉਹ ਵੀ ਸਾਰੇ ਸੁਣਾਈਏ ਜਾਂਦੇ ਨੇ, ਵੀ ਸੱਪ ਦੀ ਛਾਂ ਤਾਂ ਅਸੀਂ 20 ਸਾਲ ਹੋ ਗਏ ਸੁਣਦੇ ਨੇ, ਵੀ ਕਰੀ ਜਾਈਏ ਨਾ, ਵੀ ਉਹਦੇ ਵਿੱਚ ਫਿਰ ਵੀ ਉਹ ਡਿਫਰੈਂਸ ਕੀ ਕਰਤਾ ਉਹਨੇ, ਵੀ ਮਤਲਬ ਕਿ ਫਰਕ ਕੀ ਪਾਤਾ, ਵੀ ਜਿਹਦੇ ਕਰਕੇ ਉਹਨੂੰ ਵੀ ਇਹ, ਚਲੋ ਆਪਾਂ ਇਹ ਨੀ ਕਹਿੰਦੇ ਵੀ ਉਹ ਫਿਲਮ ਸਹੀ ਹੈ, ਜਿਵੇਂ ਰਾਜ ਭਾਈ ਰਣਜੀਤ ਸਿੰਘ ਨੇ ਵੀ ਕਹਿਤਾ ਵੀ ਉਹ ਅਸੀਂ ਫਿਲਮ ਦੇ ਉਹ ਹੱਕ ਚ ਨੀ ਹੈਗੇ, ਵੀ ਮਤਲਬ ਕਿ ਵੀ ਚਲੋ ਹੈ ਤਾਂ ਗਲਤ ਹੈ ਉਹ, ਪਰ ਵੀ ਫਰਕ ਕੀ ਹੈ ਉਹਦੇ ਵਿੱਚ, ਵੀ ਇਹ ਪ੍ਰਚਾਰਕਾਂ ਦੇ ਵਿੱਚ ਤੇ ਉਹਦੇ ਵਿੱਚ ਫਰਕ ਕੀ ਹੈ ਹਨਾ। ਤੇ ਉਹ ਜਿਹੜੀ ਮੈਂ ਗੱਲ ਕਹਿਣੀ ਸੀ, ਮੈਂ ਕਹਿੰਦਾ ਸੀਗਾ ਵੀ ਜਿਵੇਂ ਹੁਣ ਵੀ ਚਲੋ ਸਿੱਕਾ ਮੰਨ ਲਓ ਵੀ ਡਾਇਰੈਕਟਰ ਨਾ ਹੁੰਦਾ, ਹਾਂਜੀ ਵੀ ਉਹ ਅੰਮ੍ਰਿਤ ਛੱਕ ਕੇ ਦਾੜੀ ਕੇਸ ਰੱਖ ਕੇ ਅੰਮ੍ਰਿਤ ਛੱਕ ਕੇ ਵੀ ਪ੍ਰਚਾਰਕ ਬਣ ਜਾਂਦਾ, ਚਲੋ ਮੰਨ ਲਓ ਵੀ ਗੁਰਮਤਿ ਸੇਵਾ ਲਹਿਰੀ ਉਹ ਜੁਆਇਨ ਕਰ ਲੈਂਦਾ ਜੀ ਇਹਨਾਂ ਦੀ, ਉਹ ਪੰਥਪ੍ਰੀਤ ਭਾਈ ਪੰਥਪ੍ਰੀਤ ਜੀ ਹੁਣਾਂ ਵਾਲੀ। ਹੁਣ ਜੇ ਭਾਈ ਪੰਥਪ੍ਰੀਤ ਜੀ ਨੇ ਜਿਵੇਂ ਪਿਛਲੀ ਆਪਣੀ ਵੀਡੀਓ ਦੇ ਵਿੱਚ ਕਿਹਾ ਵੀ ਜੇ ਰੱਬ ਚਾਹੇ ਤਾਂ ਉਹ ਸ਼ੇਰ ਨੂੰ ਘਾਹ ਖਵਾ ਸਕਦਾ ਹੈ ਤੇ ਗਾਂ ਨੂੰ ਮਾਸ ਖਵਾ ਸਕਦਾ, ਜੇ ਪ੍ਰਚਾਰਕ ਬਣ ਕੇ ਸਟੇਜ ਤੋਂ ਕਹਿ ਦਿੰਦਾ ਵੀ ਜੇ ਰੱਬ ਚਾਹੇ ਤਾਂ ਵੀ ਕੁਛ ਵੀ ਕਰ ਸਕਦਾ, ਵੀ ਜਾਂ ਸੱਪ ਦੀ ਛਾਂ ਵੀ ਹੋਈ ਹੈ ਜਾਂ ਪ੍ਰਕਾਸ਼ ਵੀ ਆਇਆ ਗਾ, ਵੀ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਨੇ, ਜਾਂ ਜੋ ਕੁਛ ਵੀ ਸਾਰਾ ਕੁਛ ਜਿਹੜੇ ਚਮਤਕਾਰ ਉਹਨੇ ਜਾਣੀ ਜੋ ਵੀ ਫਿਲਮ ਦੇ ਵਿੱਚ ਦਿਖਾਇਆ ਉਹਨੇ ਹੁਣ ਅੱਜ, ਵੀ ਜੇ ਉਹ ਪ੍ਰਚਾਰਕ ਬਣ ਕੇ ਸਟੇਜ ਤੇ ਬਹਿ ਕੇ ਸਾਰਾ ਕੁਛ ਕਹਿ ਦਿੰਦਾ ਤਾਂ ਕੀ ਉਹਨੂੰ ਜਿਹੜੇ ਜਥੇਦਾਰਾਂ ਨੇ ਹੁਣ ਸੇਕਿਆ ਉਹ ਪੰਥ ਚੋਂ ਸੇਕਦੇ ਜਾਂ ਸਰੂਪੇ ਦਿੰਦੇ ਜੀ ਫਿਰ ਉਹ, ਵੀ ਗੱਲ ਉਹੀ ਕਰ ਦਿੰਦਾ, ਸੇਮ ਹੀ ਕਰ ਦਿੰਦਾ, ਮੰਨ ਲਓ ਵੀ ਫਿਲਮ ਵਾਲੀ ਗੱਲ ਹੀ ਉਹ ਮਤਲਬ ਕਿ ਸਟੇਜ ਤੇ ਬਹਿ ਕੇ ਕਰ ਦਿੰਦਾ, ਪ੍ਰਚਾਰ ਗੁਰਮਤ ਪ੍ਰਚਾਰ ਸੇਵਾ ਲਹਿਰ ਦਾ ਕਹਿ ਲਓ ਚਾਹੇ ਕਿਸੇ ਵੀ ਹੋਰ ਲਹਿਰ ਦਾ ਮਤਲਬ ਕਿ ਉਹ ਬਣ ਕੇ ਪ੍ਰਚਾਰਕ, ਉਹ ਗੱਲਾਂ ਉਹੀ ਗੱਲਾਂ ਕਹਿ ਦਿੰਦਾ ਫਿਲਮ ਵਾਲੀ ਸਾਰੀਆਂ, ਫਿਰ ਅਸੀਂ ਸਾਰਿਆਂ ਨੇ ਐਕਸੈਪਟ ਕਰ ਲੈਣੀ ਸੀ ਉਹਦੀਆਂ ਗੱਲਾਂ, ਵੀ ਹੁਣ ਵੀ ਆਪਾਂ ਕਹਿੰਦੇ ਵੀ ਉਹਨੇ ਗਲਤ ਕਰਿਆ, ਵੀ ਇਹ ਵੀ ਫਿਲਮ ਬਣਾ ਕੇ ਜਾਂ ਰੋਲ ਕਿਹਨੇ ਕਰਿਆ ਜਾਂ ਕਿਹਨੇ ਕਰਿਆ, ਵੀ ਹੁਣ ਆਪਾਂ ਦੇਖਦੇ ਹਾਂ ਵੀ ਹੁਣ ਕ੍ਰਾਂਤੀਆਂ ਦਾ ਕੀ ਹਾਲ ਹੈ, ਵਿੱਚ ਬਥੇਰੇ ਗ੍ਰਾਂਤੀ ਸ਼ਰਾਬ ਪੀਂਦੇ ਫੜੇ ਗਏ ਨੇ, ਬਲਾਤਕਾਰਾਂ ਦੇ ਕੇਸਾਂ ਚ ਫੜੇ ਗਏ ਨੇ, ਜਾਂ ਜੋ ਕੁਛ ਵੀ ਹੈਗਾ ਸਿਸਟਮ ਸਾਰਾ ਚੱਲਦਾ ਹੀ ਆ, ਉਹ ਲੋਕ ਸੇਵ ਕੇ ਚੱਲਦਾ ਹੀ ਆ ਸਾਰਾ ਕੁਛ, ਉਹ ਹੁਣ ਦੇਖਣ ਨੂੰ ਤਾਂ ਐਂ ਲੱਗਦਾ ਵੀ ਇਹਦੇ ਵਰਗਾ ਕੋਈ ਬੰਦਾ ਹੀ ਨੀ, ਤੇ ਵੈਸੇ ਜਦੋਂ ਪਤਾ ਲੱਗਦਾ ਬਾਅਦ ਚ, ਫਿਰ ਉਹ ਕਿਹੜਾ ਹੁਣ ਕ੍ਰਾਂਤੀ ਬਣਨ ਦੇ ਲਾਇਕ ਨੇ, ਜਾਂ ਜਿਹੜੇ ਪ੍ਰਚਾਰਕ ਨੇ ਕਿਹੜਾ ਪ੍ਰਚਾਰਕ ਬਣਨ ਦੇ ਲਾਇਕ ਨੇ, ਜਿਹੜੇ ਆਪਣੀਆਂ ਗੱਲਾਂ ਨੂੰ ਕੱਟੀ ਜਾ ਰਹੇ ਨੇ ਹੁਣ। ਨਹੀਂ ਜੀ ਨਹੀਂ, ਜਿਹੜਾ ਵੀ ਗ੍ਰੰਥੀ ਉਹ ਬਾਬਾ ਬੁੱਢਾ ਜੀ ਦੀ ਜਗ੍ਹਾ ਬੈਠਾ ਆ, ਕਿ ਉਹ ਬਾਬਾ ਬੁੱਢਾ ਜੀ ਦਾ ਰੋਲ ਕਰਨੇ ਦੇ ਯੋਗ ਹੈਗਾ ਆ। ਹਾਂਜੀ ਹਾਂਜੀ ਹਾਂਜੀ, ਹਨਾ। ਤੇ ਹੁਣ ਜਿਹੜੇ ਕਥਾਕਾਰ ਪ੍ਰਚਾਰਕ ਆ ਸਾਡੇ, ਜਦੋਂ ਸਟੇਜ ਤੇ ਬੈਠ ਕੇ ਸ਼ਬਦ ਸੁਣਾਉਂਦੇ ਆ, ਜਦੋਂ ਸ੍ਰੀਨਗਰ ਵਾਲਾ ਗਾਉਂਦਾ ਆ, ਪੰਜਵੇਂ ਪਾਤਸ਼ਾਹ ਗਾਉਂਦੇ ਰਹੇ, ਪਹਿਲੇ ਪਾਤਸ਼ਾਹ ਦੂਜੇ ਪਾਤਸ਼ਾਹ ਗਾਉਂਦੇ ਰਹੇ ਆ। ਹਾਂਜੀ, ਉਹਨਾਂ ਦੇ ਲੈਵਲ ਦੀ ਵਾਗੇ ਜੀ ਉਹ, ਫਿਰ ਕੀ ਉਹ ਹੈਗੇ ਉਹਨਾਂ ਦੇ ਮਤਲਬ ਕਿ, ਹਾਂ ਇਹਨਾਂ ਦੀ ਯੋਗਤਾ ਹੈਗੀ ਵੀ ਬਾਣੀ ਨੂੰ ਗਾ ਸਕਣ ਇਹ। ਅਕਾਲ ਤਖ਼ਤ ਸਾਹਿਬ ਤੋਂ ਵੀ ਜਾਂ ਫਰਮਾਨ ਜਾਰੀ ਹੋਣਾ ਸੀਗਾ, ਵੀ ਜਾਂ ਉਹਨੂੰ ਸਰੋਪਾ ਦੇਣਾ ਸੀ ਜਾਂ ਕੁਛ ਵੀ, ਉਹਨੂੰ ਸਨਮਾਨਿਤ ਵੀ ਕਰਨਾ ਸੀ, ਤੇ ਜਗ੍ਹਾ ਜਗ੍ਹਾ ਤੇ ਉਹਦੇ ਪ੍ਰਚਾਰ ਵੀ। ਕਾਰਨ ਇੱਕੋ ਹੀ ਸੀ, ਇੱਧਰੋਂ ਇਹਨੇ ਫਿਲਮ ਬਣਾ ਕੇ ਪੈਸਾ, ਫਿਲਮਾਂ ਸਿਰਫ ਪੈਸਾ ਕਮਾਉਣ ਲਈ ਬਣਦੀਆਂ ਨੇ ਜੀ, ਉਹ ਚਲੋ ਜੋ ਵੀ ਹੈਗਾ ਪਬਲਿਸਿਟੀ ਲਈ ਆ, ਵੀ ਹਾਂ ਇਹੋ ਜਿਹੇ ਪੈਸਿਆਂ ਤੇ ਕੋਈ ਸ਼ੱਕ ਨਹੀਂ, ਵੀ ਜਿਹਦੇ ਵਿੱਚ ਵਿਵਾਦ ਹੋਵੇ, ਫਿਲਮ ਦਾ ਵਿਰੋਧ ਹੋਵੇ, ਤੇ ਬਾਅਦ ਚ ਉਹੀ ਉਨਾ ਹੀ ਫਿਲਮ ਉਹ ਕਮਾਈ ਵੱਧ ਕਰੇ, ਕੋਈ ਸ਼ੱਕ ਨਹੀਂ। ਤੇ ਇੱਕ ਵਾਰ ਜੀ ਪਹਿਲਾਂ ਕੋਈ ਫਿਲਮ ਆਈ ਸੀ, ਹੁਣ ਮੇਰੇ ਐਂ ਤਾਂ ਯਾਦ ਨੀ ਵੀ ਉਹ ਚ ਵੀ ਹੀਰੋਇਨ ਕਿਹੜੀ ਸੀ, ਤੇ ਉਹਦੇ ਵਿੱਚ ਫਿਲਮ ਦੇ ਵਿੱਚ ਨਾ ਉਹ ਗੱਲ ਕੁਛ ਵੀ ਨਹੀਂ ਸੀ ਫਿਲਮ ਦੇ ਵਿੱਚ, ਉਹ ਹੀਰੋਇਨ ਨੇ ਜਿਹੜੇ ਡਾਇਰੈਕਟਰ ਸੀਗਾ ਉਹ ਤੇ ਫਿਲਮ ਦਾ ਨਿਰਮਾਤਾ ਸੀ ਉਹਦੇ ਤੇ ਕੇਸ ਕਰਤਾ, ਵੀ ਇਹਨੇ ਮੇਰੇ ਵੀ ਮਤਲਬ ਕਿ ਵਿਵਾਦਤ ਸੀਨ ਨੇ ਜਿਹੜੇ ਵੀ ਉਹ ਫਿਲਮ ਦੇ ਵਿੱਚ ਪਾਏ ਨੇ, ਹਾਂਜੀ ਮੰਨ ਕੇ ਵੀ ਉਹ ਜਿਹੜੇ ਜ਼ਿਆਦਾ ਮਤਲਬ ਕਿ ਗਲਤ ਸੀਨ ਨੇ ਵੀ ਉਹ ਫਿਲਮ ਦੇ ਵਿੱਚ ਪਾਏ ਨੇ, ਉਹ ਜਦੋਂ ਫਿਲਮ ਤੇ ਉਹ ਫਿਲਮ ਦੇਖੀ ਉਦੋਂ ਅਸੀਂ ਕਾਲਜ ਚ ਪੜ੍ਹਦੇ ਹੁੰਦੇ ਸੀ, ਉਹ ਸਾਨੂੰ ਐਂ ਹੈਗਾ ਵੀ ਦੇਖੀਏ ਵੀ ਕੀ ਆ ਉਹ ਫਿਲਮ ਦੇ ਵਿੱਚ, ਤੇ ਜਦੋਂ ਫਿਲਮ ਦੇ ਵਿੱਚ ਦੇਖੀ ਉਹਦੇ ਵਿੱਚ ਕੁਛ ਵੀ ਨਹੀਂ ਸੀਗਾ ਫਿਲਮ ਦੇ ਵਿੱਚ, ਮਤਲਬ ਕਿ ਜਿਹੜਾ ਦੇਖ ਜਾਂ ਨਾ ਕੋਈ ਸਟੋਰੀ ਨਾ ਕੋਈ ਐਕਸ਼ਨ ਨਾ ਕੋਈ ਹੋਰ ਨਾ ਕੁਛ, ਉਹ ਫਿਲਮ ਦਾ ਨਾਂ ਸੀਗਾ ਇੱਕ ਛੋਟੀ ਸੀ ਲਵ ਸਟੋਰੀ, ਧਿਆਨ ਚ ਹੋਵੇ ਤੁਹਾਡੇ, ਜਾਂ ਚਲੋ ਮੈਨੂੰ ਨੀ ਪਤਾ ਵੀ ਕੋਈ ਇਹੋ ਜਿਹੀ ਫਿਲਮਾਂ ਦੇਖ ਕੇ ਮਤਲਬ ਕਿ ਕਿਵੇਂ ਕੋਈ, ਉਦੋਂ ਅਸੀਂ ਕਾਲਜ ਲਾਈਫ ਦੇ ਵਿੱਚ ਚਲੋ ਸਾਰੇ ਜਾਣੇ ਵੀ ਚਲੋ ਦੇਖ ਕੇ ਆਉਣੇ ਵੀ ਹੈ ਕੀ ਆ ਉਹ ਫਿਲਮ ਦੇ ਵਿੱਚ, ਹਨਾ ਜਦੋਂ ਦੇਖਿਆ ਉਹਦੇ ਵਿੱਚ ਕੱਖ ਵੀ ਨੀ ਸੀਗਾ, ਉਹ ਫਿਲਮਾਂ ਉਹ ਇਹ ਤਾਂ ਚਲੋ ਕਰੋੜਾਂ ਚ ਬਣੀਆਂ ਹੋਈਆਂ, ਉਹ ਤਾਂ ਲੱਖਾਂ ਚ ਹੀ ਫਿਲਮ ਬਣੀ ਹੋਈ ਸੀਗੀ, ਤੇ ਉਹਨੇ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਕਮਾਈ ਕਰੀ ਹੋਊਗੀ, ਇਸ ਕਰਕੇ ਵੀ ਉਹ ਪਬਲਿਸਿਟੀ ਸਟੰਟ ਸੀਗਾ ਉਹਨਾਂ ਦਾ ਇੱਕ, ਸਿਰਫ ਇੰਨਾ ਹੀ ਆ ਵੀ ਇਹ
ਬਣਾ ਕੇ ਪੈਸੇ ਕਮਾ ਰਿਹਾ ਹੈਗਾ ਵੀ ਉਹ ਜਿਹੜੇ ਪ੍ਰਚਾਰਕ ਨੇ ਉਹ ਸਟੇਜਾਂ ਤੋਂ ਪੈਸੇ ਕਮਾ ਰਹੇ ਨੇ ਵੀ ਗੱਲਾਂ ਤਾਂ ਉਹੀ ਪ੍ਰਚਾਰਕ ਸੁਣਾ ਰਹੇ ਨੇ ਉਹੀ ਇਹ ਫਿਲਮ ਚ ਦਿਖਾ ਰਹੇ ਜੀ ਪਹਿਲਾਂ ਵੀ ਸਾਡਾ ਹੱਕ ਸੀ ਜਿੰਨੀਆਂ ਵੀ ਮੂਵੀਆਂ ਆ ਉਹਨਾਂ ਦੇ ਬਾਰੇ ਇਹੀ ਹੈ ਸਾਡਾ ਹੱਕ ਦੇ ਬਾਰੇ ਤੁਸੀਂ ਦੇਖ ਲਓ ਵੀ ਪੰਜਾਬ ਦੇ ਵਿੱਚ ਬਾਦਲਾਂ ਨੇ ਉਹ ਬੈਨ ਕਰਵਾ ਦਿੱਤੀ ਸੀ ਤਾਂ ਨਿਊਜ਼ੀਲੈਂਡ ਦਾ ਸਾਨੂੰ ਪਤਾ ਜਿਹੜੇ ਬੰਦਿਆਂ ਦੇ ਕੋਲ ਇੱਥੇ ਸੀਗੀ ਉਹ ਸਾਰੇ ਬੰਦੇ ਬਾਦਲਾਂ ਦੇ ਸੀ ਇਹੀ ਕੁਛ ਇਹਦੇ ਬਾਰੇ ਵੀ ਗਾਹਾਂ ਜਾ ਕੇ ਪਤਾ ਲੱਗ ਜਾਊਗਾ ਵੀ ਜੋ ਹੈ ਅਸਲੀਅਤ ਕੀ ਹੈ ਸਾਡਾ ਹੱਕ ਬਾਰੇ ਵੀ ਉਹਨੇ ਤਾਂ ਗਲਤ ਕਹਿਤਾ ਸੀਗਾ ਵੀ ਹਵਾਰੇ ਨੂੰ ਇਹਦੇ ਵਿੱਚ ਮੇਨ ਦਿਖਾਇਆ ਗਿਆ ਵੀ ਜਦੋਂ ਕਿ ਹਵਾਰੇ ਦਾ ਇੰਨਾ ਰੋਲ ਨੀ ਸੀਗਾ ਉਹ ਆਪਣੇ ਦੂਜੇ ਜਿਹਨਾਂ ਨੂੰ ਇੱਕ ਵਾਰੀ ਉਹ ਰਾਜਵਾਣਾ ਜਿਹਨੂੰ ਕਿਹਾ ਸੀਗਾ ਬਿਆਨ ਦਿੱਤਾ ਸੀ ਉਹਨਾਂ ਨੇ ਵੀ ਹਵਾਰੇ ਨੂੰ ਗਲਤ ਦਿਖਾਇਆ ਗਿਆ ਇਹਦੇ ਵਿੱਚ ਸਹੀ ਨੀ ਹੈਗੀ ਫਿਲਮ ਨਹੀਂ ਨਹੀਂ ਬੈਲੈਂਸ ਰਹਿਣਾ ਚਾਹੀਦਾ ਜੇ ਅਸੀਂ ਉਹ ਮੂਵੀ ਦੇ ਉੱਤੇ ਰੋਸਾ ਕਰਦੇ ਹਾਂ ਇਹ ਗੱਲ ਦੇ ਉੱਤੇ ਰੋਸਾ ਕਰਦੇ ਹਾਂ ਹੁਣ ਪ੍ਰਭਦੀਪ ਕੱਲ ਪ੍ਰੋਗਰਾਮ ਦੇ ਵਿੱਚ ਲੱਗਾ ਸੀ ਕਰਨ ਵੀ ਇੱਦਾਂ ਨੀ ਜਿਹੜਾ ਰੋਲ ਆ ਉਹ ਗੁਰੂ ਨਾਨਕ ਦਾ ਰੋਲ ਕੀਤਾ ਲੈਣਾ ਜੀ ਨੇ ਉਹਦੇ ਯੋਗ ਹੋਣਾ ਪੈਣਾ ਆ ਜਿਨ ਉਹ ਐਕਟ ਕਰਨਾ ਆ ਇੱਦਾਂ ਕੋਈ ਵੀ ਬੰਦਾ ਏਦਾਂ ਉਹ ਬੜਾ ਬੜਾ ਹਾਸਾ ਆਉਂਦਾ ਸੁਣ ਸੁਣ ਕੇ ਉਹਨਾਂ ਨੂੰ ਤਾਂ ਜਾਣੀ ਇੰਨਾ ਇੰਨਾ ਜੱਡ ਜਿੱਦਾਂ ਬੰਦੇ ਬੈਠੇ ਨੇ ਵੀ ਤਾਂ ਗੁਰੂ ਨਾਨਕ ਦੇਵ ਜੀ ਨੇ ਤਾਂ ਵੀ ਸਿੱਖੀ ਦਾ ਪ੍ਰਚਾਰ ਹੀ ਕੀਤਾ ਸੀਗਾ ਹੁਣ ਜਿਹੜੇ ਪ੍ਰਚਾਰਕ ਨੇ ਪਰ ਕੀ ਉਹ ਗੁਰੂ ਨਾਨਕ ਦਾ ਰੋਲ ਨਹੀਂ ਕਰ ਰਹੇ ਨਹੀਂ ਨਹੀਂ ਉਹ ਤਾਂ ਜਦੋਂ ਇੱਦਾਂ ਹੋਊਗੀ ਨਾ ਜਦੋਂ ਉਹਨਾਂ ਦੇ ਮੂਹਰੇ ਸਵਾਲ ਹੋਣਗੇ ਫਿਰ ਆ ਜੇ ਤਾਂ ਫਿਰ ਉਹ ਇੱਕ ਤਰਫਾ ਸਾਰੀਆਂ ਗੱਲਾਂ ਹੋ ਹੀ ਜਾਣੀਆਂ ਅਸੀਂ ਰੇਡੀਓ ਦੇ ਉੱਤੇ ਤਾਂ ਹੀ ਆ ਜਿਹੜਾ ਹੈਗਾ ਐਤਵਾਰ ਵਾਲਾ ਅਤੇ ਬੁੱਧਵਾਰ ਦੋਵੇਂ ਪ੍ਰੋਗਰਾਮ ਜਿਹੜੇ ਆ ਇਸ ਖੁੱਲ੍ਹੇ ਰੱਖੇ ਸਵਾਲਾਂ ਦੇ ਲਈ ਵੀ ਅਸੀਂ ਅਜੇ ਵੀ ਜਿਹੜੀਆਂ ਨਾ ਅਸੀਂ ਗੱਲਾਂ ਕਰਦੇ ਹਾਂ ਜਿਹੜੀਆਂ ਕੌਲਾਂ ਆਉਣੀਆਂ ਸਾਨੂੰ ਖੁਸ਼ੀ ਉੱਦਣ ਹੋਣੀ ਆ ਜਿੱਦਣ ਕੋਈ ਵਿਰੋਧੀ ਸਵਾਲ ਲੈ ਕੇ ਆਇਆ ਵੀ ਆਹ ਤੁਸੀਂ ਗੱਲ ਕਹੀ ਇਹਦੇ ਬਾਰੇ ਜਵਾਬ ਦਿਓ ਇਹਦੇ ਬਾਰੇ ਜਵਾਬ ਦਿਓ ਇੱਦਾਂ ਉਹ ਡਿਸਕਸ਼ਨ ਅਸੀਂ ਰੇਡੀਓ ਦੇ ਉੱਤੇ ਚਾਹੁੰਦੇ ਹਾਂ ਵੀ ਥੋੜੀ ਪਤਾ ਲੱਗੇ ਨਾ ਚਲੋ ਥੈਂਕ ਯੂ ਵੀਰ ਜੀ ਸਾਡੇ ਨਾਲ ਦੋਹਾਂ ਹਾਂਜੀ ਨਹੀਂ ਨਹੀਂ ਕੋਈ ਨੀ ਜੇ ਤੁਸੀਂ ਗੱਲ ਕੋਈ ਕਰਨੀ ਤਾਂ ਕਰ ਲਓ ਨਹੀਂ ਤਾਂ ਮੈਂ ਤਾਂ ਇੱਕ ਕਾਲ ਮਿਸ ਹੋਈ ਹੋ ਸੀ ਅਸੀਂ ਤਾਂ ਉਹਨਾਂ ਨੂੰ ਚਾਹੁੰਦੇ ਸੀ ਗੱਲ ਮੈਂ ਤਾਂ ਇਹੀ ਕਹਿੰਦਾ ਸੀਗਾ ਜੀ ਮਹਾਂ ਵਿਰੋਧੀ ਵਿਰੋਧੀਆਂ ਕੋਲੇ ਕੁਛ ਹੈ ਨੀ ਕਰਨ ਨੂੰ ਜੇ ਕੁਛ ਹੋਵੇ ਤਾਂ ਹੀ ਕਰਨ ਜੀ ਉਹ ਵਿਰੋਧ ਤਾਂ ਉਹ ਜਦੋਂ ਪਹਿਲਾਂ ਪਹਿਲਾਂ ਸੁਣਦਾ ਅਗਲਾ ਉਦੋਂ ਤਾਂ ਵਿਰੋਧ ਚ ਹੁੰਦਾ ਉਦੋਂ ਤਾਂ ਮੈਨੂੰ ਵੀ ਐਂ ਸੀਗਾ ਵੀ ਇਹ ਰੇਡੀਓ ਵਾਲੇ ਗਲਤ ਚੱਕਰੀ ਜਾਂਦੇ ਆ ਵੀ ਉਦੋਂ ਤਾਂ ਵਿਰੋਧ ਹੁੰਦਾ ਸੀ ਹੌਲੀ ਹੌਲੀ ਆਪੇ ਸਾਰਾ ਕੁਛ ਠੀਕ ਹੋ ਗਿਆ ਕੋਈ ਪਤਾ ਨਹੀਂ ਹੁਣ ਵਿਰੋਧ ਵਾਲਾ ਮੈਨੂੰ ਤਾਂ ਲੱਗਦਾ ਨਹੀਂ ਵੀ ਵਿਰੋਧ ਵਾਲਾ ਕੋਈ ਗੱਲ ਕੀ ਕਰੂਗਾ ਜੇ ਵਿਰੋਧ ਚ ਕਰੂਗਾ ਨਹੀਂ ਨਹੀਂ ਬਸ ਉਹੀ ਲੱਭਣਾ ਉਹੀ ਚਾਹੁੰਦੇ ਅਸੀਂ ਚਾਹੁੰਦੇ ਹਾਂ ਵੀ ਕੁਛ ਜੋ ਵੀ ਹੈਗਾ ਕਿਉਂਕਿ ਸਾਨੂੰ ਪਤਾ ਲੱਗੇ ਵੀ ਅਸੀਂ ਗਲਤ ਕਿੱਥੋਂ ਕਿੱਥੋਂ ਤਾਂ ਕਿ ਡਿਸਕਸ਼ਨ ਗਾਹਾਂ ਤੁਰੇ ਹੈ ਨਾ ਚਲੋ ਥੈਂਕ ਯੂ ਵੀਰ ਜੀ ਸਾਡੇ ਨਾਲ ਦੂਜੀ ਲਾਈਨ ਤੇ ਸੁਣਦੇ ਧੰਨਵਾਦ ਥੈਂਕ ਯੂ ਜੀ ਹਾਂਜੀ ਤੁਸੀਂ ਆਉਂਦੇ ਰਹੋ ਜੀ ਹੈਲੋ ਵੀਰ ਜੀ ਤੁਸੀਂ ਆਉਂਦੇ ਰਾਂ ਜੀ ਰੇਡੀਓ ਵਿਰਸਾ ਤੇ ਖਾਲਸਾ ਫਤਿਹ ਜੀ ਹਾਂਜੀ ਗੁਰੂ ਫਤਿਹ ਜੀ ਜੀ ਮੈਂ ਹੁਣ ਡਿਊਟੀ ਤੇ ਆ ਮੈਂ ਤੁਸੀਂ ਕਰੋ ਆਪਣਾ ਪ੍ਰੋਗਰਾਮ ਮੈਂ ਇੱਥੋਂ ਗੱਲ ਨਹੀਂ ਹੋਣੀ ਔਰ ਠੀਕ ਹੈ ਥੈਂਕ ਯੂ ਨੋ ਵਰੀ ਕੋਈ ਨਹੀਂ ਜੀ ਕਾਲ ਮਿਸ ਹੋਈ ਸੀ ਤਾਂ ਠੀਕ ਹੈ ਥੈਂਕ ਯੂ ਜੀ ਤੇ ਆਪਾਂ ਸਾਨੂੰ ਸੌਖਾ ਹੋ ਗਿਆ ਸਗੋਂ ਕਿਉਂਕਿ ਇਹਨਾਂ ਦੀ ਪਹਿਲੀ ਬ੍ਰੇਕ ਤੋਂ ਪਹਿਲਾਂ ਦੀ ਕਾਲ ਜਿਹੜੀ ਆ ਉਹ ਮਿਸ ਹੋਈ ਹੋ ਸੀ ਤੇ ਜਿਸ ਕਰਕੇ ਮੈਨੂੰ ਲੱਗਿਆ ਸੀ ਵੀ ਜੇ ਅਸੀਂ ਜ਼ਿਆਦਾ ਲੇਟ ਹੋ ਗਏ ਤਾਂ ਫਿਰ ਇਹਨਾਂ ਅਗਲੇ ਨੇ ਕੰਮ ਹੋਰ ਵੀ ਕਰਨਾ ਹੁੰਦਾ ਕੋਈ ਅਤੇ ਆਪਾਂ ਹਰਦੇਵ ਸਿੰਘ ਹੋਰਾਂ ਨੂੰ ਫੋਨ ਮਿਲਾ ਕੇ ਦੇਖ ਲੈਂਦੇ ਹਾਂ ਗੱਲ ਕਰਕੇ ਨਹੀਂ ਤਾਂ ਫਿਰ ਜਿਹੜੀ ਆਪਣੀ ਗੱਲਬਾਤ ਅੱਗੇ ਹੈਗੀ ਆ ਉਹ ਜਿੱਦਾਂ ਚੱਲਦੀ ਆ ਉੱਦਾਂ ਚਲਾਈ ਜਾਂਦੀ ਬੇਨਤੀ ਆ ਜੀ ਸਰੋਤਿਆਂ ਨੂੰ ਵੀ ਜੇ ਉਹ ਫੋਨ ਮਿਲ ਗਿਆ ਤਾਂ ਥੋੜ੍ਹਾ ਵੇਟ ਕਰਿਓ ਨਹੀਂ ਤਾਂ ਫਿਰ ਤੁਸੀਂ ਜੇ ਨਹੀਂ ਫੋਨ ਉਹਨਾਂ ਨਾਲ ਸਾਡੀ ਗੱਲ ਹੋਈ ਫਿਰ ਤੁਸੀਂ ਕੋਈ ਵੀ ਜੇ ਗੱਲ ਕਰਨੀ ਚਾਹੁੰਦੇ ਆ ਤਾਂ ਕਰ ਸਕਦੇ ਹਾਂ ਅਤੇ ਆਪਾਂ 5 ਵਜੇ ਤੱਕ ਹੋਵਾਂਗੇ ਜੀ 5 ਵਜੇ ਇਸੇ ਪ੍ਰੋਗਰਾਮ ਦਾ ਰਿਪੀਟ ਜਿਹੜਾ ਆ ਉਹ ਫਿਰ ਚੱਲ ਪੈਣਾ ਅਤੇ ਉਹ ਤੋਂ ਬਾਅਦ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਹਰਨੇਕ ਸਿੰਘ ਬੋਲਦਾ ਜੀ ਨਿਊਜ਼ੀਲੈਂਡ ਰੇਡੀਓ ਵਿਰਸਾ ਤੋਂ ਹਰਦੇਵ ਸਿੰਘ ਜੰਮੂ ਹਰਿਆਣਾ ਗੱਲ ਕਰ ਰਹੇ ਹਾਂ ਹਾਂ ਠੀਕ ਹੈ ਜੀ ਉਦੋਂ ਸਾਡੀ ਗੱਲ ਹੋਈ ਕਿੱਦਾਂ ਹੈਗਾ ਟਾਈਮ ਤੁਹਾਡੇ ਹਰਦੇਵ ਸਿੰਘ ਬੋਲ ਰਹੇ ਹਾਂਜੀ ਹਾਂਜੀ ਕੋਈ ਗੱਲ ਠੀਕ ਹੈ ਜੀ ਅਸੀਂ ਕਿਉਂਕਿ ਗੱਲਾਂ ਤਾਂ ਪਹਿਲਾਂ ਵੀ ਇੱਕ ਦੋ ਵਾਰ ਹੋਈਆਂ ਸੀਗੀਆਂ ਇੱਥੇ ਪਰ ਜਿਹੜਾ ਤੁਹਾਡਾ ਆਰਟੀਕਲ ਖਾਲਸਾ ਨਿਊਜ਼ ਦੇ ਉੱਤੇ ਪਿਆ ਸੀ ਨਾ ਵਿਕਾਸ ਦੇ ਨਾਮ ਤੇ ਸਵਾਮੀ ਦੀ ਨਕਲ ਉਹਦੇ ਬਾਰੇ ਅਸੀਂ ਗੱਲ ਕਰਨੀ ਸੀ ਕਿਉਂਕਿ ਅਸੀਂ ਸਾਨੂੰ ਰੇਡੀਓ ਵਿਰਸਾ ਤੋਂ ਸੰਸਥਾ ਦੇ ਤੌਰ ਤੇ ਵੀ ਤੇ ਨਿੱਜੀ ਤੌਰ ਤੇ ਵੀ ਮੈਂ ਹਰਨੇਕ ਸਿੰਘ ਬੋਲਦਾ ਸਾਨੂੰ ਲੱਗਦਾ ਸੀ ਵੀ ਜਿਹੜੇ ਭਾਈ ਰਣਜੀਤ ਸਿੰਘ ਜਿਸ ਤਰੀਕੇ ਨਾਲ ਜਾ ਰਹੇ ਆ ਜਿਹੜਾ ਉਹ ਕਾਰਜ ਕਰ ਰਹੇ ਆ ਉਹ ਬਿਲਕੁਲ ਸਹੀ ਟਰੈਕ ਦੇ ਉੱਤੇ ਜਾ ਰਿਹਾ ਆ
ਸਹੀ ਸਾਡਾ ਓਪੀਨੀਅਨ ਆ ਨਿੱਜੀ ਨਾ, ਤੇ ਹੁਣ ਉਹ ਤੁਹਾਡਾ ਆਰਟੀਕਲ ਪੜ੍ਹ ਕੇ ਇੱਦਾਂ, ਕਿਉਂਕਿ ਮੈਨੂੰ ਇੰਨਾ ਕੁ ਪਤਾ ਹੈ ਵੀ ਤੁਸੀਂ ਕਾਫੀ ਚਿਰ ਪਹਿਲਾਂ ਤਤ ਗੁਰਮਤਿ ਪਰਿਵਾਰ ਦੇ ਨਾਲ, ਜੇ ਮੈਂ ਗਲਤ ਨਾ ਹੋਵਾਂ ਤਾਂ ਤੁਸੀਂ ਰਹੇ ਆ? ਨਹੀਂ, ਮੈਂ ਉਹਨਾਂ ਨਾਲ ਕਦੇ ਨਹੀਂ ਰਿਹਾ। ਅੱਛਾ ਜੀ, ਸੋਰੀ, ਫਿਰ ਮੈਨੂੰ ਉਹਨਾਂ ਨਾਲ ਮੇਰੀ ਬੜੀ ਅੱਛੀ ਜਾਣ ਪਛਾਣ ਹੈ। ਓ ਠੀਕ ਹੈ ਜੀ, ਫਿਰ ਮੈਨੂੰ ਮੇਰੇ ਅੱਛੇ ਤਾਲੁਕਾਤ ਨੇ। ਠੀਕ ਹੈ ਜੀ, ਮੈਂ ਐਸ ਐਚ ਉਹਨਾਂ ਦੀ ਆਰਗੇਨਾਈਜੇਸ਼ਨ ਦਾ ਕਦੇ ਪਾਰਟ ਨਹੀਂ ਰਿਹਾ। ਓ ਠੀਕ ਹੈ, ਠੀਕ ਹੈ, ਮੈਨੂੰ ਭੁਲੇਖਾ ਸੀ ਇਸ ਗੱਲੋਂ ਵੀ ਸ਼ਾਇਦ ਮਨਜੀਤ ਸਿੰਘ ਡਿਫਰੈਂਸ ਆਫ ਓਪੀਨੀਅਨ ਨਹੀਂ ਰਹੇ, ਮਨਜੀਤ ਸਿੰਘ ਮੋਹਾਲੀ ਤੇ ਉਹ ਸ਼ਾਇਦ ਮੈਨੂੰ ਨਹੀਂ, ਕੋਈ ਨਹੀਂ, ਚਲੋ। ਤੇ ਤੁਸੀਂ ਇਹਦੇ ਬਾਰੇ ਸਰੋਤਿਆਂ ਨੂੰ ਥੋੜਾ ਜਿਹਾ ਇਦਾਂ ਕਰੂੰਗੇ, ਦੱਸੂਗੇ ਵੀ ਤੁਸੀਂ ਕਿੱਦਾਂ ਸੋਚਦੇ ਆ ਵੀ ਜੋ ਜਿਸ ਤਰੀਕੇ ਨਾਲ ਭਾਈ ਰਣਜੀਤ ਸਿੰਘ ਇਸ ਵੇਲੇ ਕੰਮ ਕਰ ਰਹੇ ਆ, ਕਿਉਂਕਿ ਹੁਣ ਜਿੱਦਾਂ ਪ੍ਰੋਫੈਸਰ ਦਰਸ਼ਨ ਸਿੰਘ ਹੁਣਾਂ ਦੀ ਵੀ ਜਾਂ ਪੰਥਪ੍ਰੀਤ ਧੁੰਦੇ ਹੁਣਾਂ ਦੀ ਗੱਲ ਕਰੀਏ, ਬਾਕੀ ਜਿਹੜਾ ਵੀ ਖੇਤਰ, ਸਾਨੂੰ ਤਾਂ ਲੱਗਦਾ ਭਾਈ ਥੋੜੀ ਆਵਾਜ਼ ਘੱਟ ਆ ਰਹੀ ਹੈ। ਨਹੀਂ, ਸਾਨੂੰ ਤਾਂ ਤੁਹਾਡੀ ਆਵਾਜ਼ ਪੂਰੀ ਸੁਣ ਰਹੀ ਆ। ਹੈਲੋ, ਹਾਂਜੀ ਹਾਂਜੀ, ਆਵਾਜ਼ ਮੈਨੂੰ ਤਾਂ ਪੂਰੀ ਸੁਣਦੀ ਆ ਜੀ ਤੁਹਾਡੀ। ਇੱਕ ਸੈਕਿੰਡ ਹੋਲਡ ਕਰਿਓ ਜੀ। ਹੈਲੋ ਜੀ, ਹੁਣ 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 ਕਿੱਦਾਂ, ਹੁਣ ਠੀਕ ਆ ਜੀ? ਹੁਣ ਹੁਣ ਆਈ ਆਵਾਜ਼। ਠੀਕ ਆ ਜੀ, ਬੰਦ ਹੋ ਗਈ ਜੀ। ਹਾਂਜੀ ਹਾਂਜੀ, ਤੇ ਉਹ ਕਿਉਂਕਿ ਸਾਨੂੰ ਇੱਦਾਂ ਲੱਗਦਾ ਸੀਗਾ ਭਈ ਜਿਹੜਾ ਜਿੰਨੇ ਵੀ ਪ੍ਰਚਾਰਕ ਆ ਸਾਡੇ, ਉਹ ਨਿੱਜ ਨੂੰ ਲੈ ਕੇ ਬੈਠੇ ਆ ਸਾਰੇ ਦੇ ਸਾਰੇ। ਹਾਂਜੀ, ਭਈ ਜਿਹੜੀ ਜਿਸ ਪਾਸੇ ਨੂੰ ਹੁਣ ਡਿਸਕਸ਼ਨ ਤੁਰੀ ਆ, ਉਹ ਸਾਨੂੰ ਸਾਡੇ ਕੌਮੀ ਸੰਕਲਪ ਨੂੰ ਵੀ ਲੈ ਕੇ ਤੇ ਬਾਕੀ ਪੱਖਾਂ ਨੂੰ ਵੀ ਜਿਹੜੀ ਅੱਗੇ ਤੁਰੂਗੀ ਗੱਲ। ਹੁਣ ਤੁਸੀਂ ਜਿਹੜੀ ਗੱਲ ਕਹਿੰਦੇ ਉਹਦੇ ਬਾਰੇ ਦੱਸੋ, ਫਿਰ ਅਸੀਂ ਜਿਹੜਾ ਕੋਈ ਸਵਾਲ ਹੋਇਆ ਤੁਹਾਡੇ ਨਾਲ ਅਸੀਂ ਕਰਾਂਗੇ। ਜਿਹੜੀ ਤੁਸੀਂ ਕਹਿੰਦੇ ਵੀ ਦਯਾਨੰਦ ਉਹਦੀ ਨਕਲ ਆ ਸਵਾਮੀ ਦੀ, ਅਗਰ ਤੁਸੀਂ ਉਹ ਮੇਰਾ ਆਰਟੀਕਲ ਪੜ੍ਹਿਆ ਹੋਏਗਾ ਵੈਸੇ ਜ਼ਰੂਰ। ਹਾਂਜੀ, ਉਹਦੇ ਵਿੱਚ ਮੈਂ ਦੋ ਤਿੰਨ ਗੱਲਾਂ ਦੀ ਜਿਹੜੀ ਗੱਲ ਕੀਤੀ ਸੀ। ਹਾਂਜੀ, ਜਿਹੜੀ ਗੱਲ ਭਾਈ ਸਾਹਿਬ ਨੇ ਰੱਬ ਬਾਰੇ ਕੀਤੀ, ਉਹ ਰੱਬ ਬਾਰੇ ਜਿਹੜੀ ਗੱਲ ਕੀਤੀ, ਹੋਰਾਂ ਦਾ ਜਿਹੜਾ ਜਿਹੜਾ ਭਾਵ ਸੀਗਾ ਨਿਕਲ ਰਿਹਾ ਸੀ ਵੀ ਰੱਬ ਕੋਈ ਏਦਾਂ ਵੱਖਰਾ ਨਹੀਂ ਹੈ, ਉਹ ਕੁਦਰਤੀ ਰੱਬ ਹੈ, ਉਹਦੇ ਬਾਰੇ ਮੈਂ ਕਮੈਂਟ ਕੀਤਾ ਸੀ। ਇੱਕ ਕਮੈਂਟ ਮੇਰਾ ਇਹ ਆਇਆ ਸੀਗਾ ਕਿ ਕੁਦਰਤ ਦੇ ਇੱਕ ਜਨਮ ਕਾਲ ਹੈ। ਜੇ ਆਪਾਂ ਸੋਰੀ, ਜੇ ਜੇ ਆਪਾਂ ਰੱਬ ਦੇ ਬਾਰੇ ਗੱਲ ਕਰ ਲਈਏ, ਜਿਹਦੇ ਵਿੱਚ ਤੁਹਾਡਾ ਕੀ ਮੰਨਣਾ ਆ ਰੱਬ ਦੇ ਬਾਰੇ? ਰੱਬ ਦੇ ਬਾਰੇ ਮੇਰਾ ਮੰਨਣਾ ਇਹ ਹੈ ਸਰ ਕਿ ਰੱਬ ਜਿਹੜਾ ਹੈ, ਹਾਂਜੀ, ਉਹ ਜਿਹੜੀ ਕੁਦਰਤ ਹੈ, ਉੱਥੇ ਗੁਰਬਾਣੀ ਵਿੱਚ ਸਿੱਧ ਆਇਆ ਕਿ ਰੱਬ ਜਿਹੜਾ, ਹਾਂਜੀ, ਨਾਨਕ ਸੱਚ ਦਾਤਾਰ ਸ਼ਨਾਖਤ ਕੁਦਰਤੀ। ਹਾਂਜੀ, ਰੱਬ ਜਿਹੜਾ, ਕਿਉਂਕਿ ਇਨਸਾਨ ਨੇ ਜੀਵਨ ਦੇ ਵਿੱਚ ਰੱਬ ਦੀ ਗੱਲ ਕਰਨੀ ਹੈ ਤੇ ਇਨਸਾਨ ਦਾ ਜੀਵਨ ਕੁਦਰਤ ਵਿੱਚ ਹੈ। ਹਾਂਜੀ, ਤੇ ਰੱਬ ਜਿਹੜਾ ਉਹ ਕੁਦਰਤ ਦੇ ਆਰ ਪਾਰ ਵੀ ਹੈ, ਕੁਦਰਤ ਨਹੀਂ ਹੈ ਤਾਂ ਵੀ ਰੱਬ ਹੈ, ਕੁਦਰਤ ਦੇ ਵਿੱਚ ਵੀ ਰੱਬ ਹੈ, ਕੁਦਰਤ ਜਿਹੜੇ ਨਹੀਂ ਹੋਏਗੀ ਤਾਂ ਵੀ ਰੱਬ ਹੋਵੇਗਾ। ਇਹ ਮੇਰਾ ਜਿਹੜਾ ਮੰਨਣਾ। ਪਰ ਉਹਦੇ ਨਾਲ ਇੱਕ ਜਿਹੜੀ ਉਹਦੇ ਨਾਲ ਜਿਹੜੀ ਜਿਹੜੀ ਇਹ ਇਹ ਕਰਨੇ ਨਾਲ ਜਿਹੜੀ ਪ੍ਰੋਬਲਮ ਖੜੀ ਹੁੰਦੀ ਸੀ ਨਾ, ਜਿਹੜੀ ਪਹਿਲਾਂ ਹਿੰਦੂ ਧਰਮ ਦੀ ਸੀ, ਉੱਥੇ ਹੀ ਸਾਡੀ ਖੜ ਗਈ। ਕਿਉਂਕਿ ਹੁਣ ਤੱਕ ਸਾਰੇ ਜਣੇ ਜਿਹੜਾ ਜੰਮਣ ਤੋਂ ਬਾਅਦ ਤੇ ਮਰਨ ਤੋਂ ਪਹਿਲਾਂ ਦਾ ਜੀਵਨ ਆ, ਉਹਨੂੰ ਛੱਡ ਕੇ ਰੱਬ ਦੇ ਬਾਰੇ ਹੋਇਓ ਆ ਵੀ ਰੱਬ ਹੈਗਾ ਆ ਕੋਈ, ਉਹਨੂੰ ਜੇ ਮੇਰਾ ਉਹਦੇ ਨਾਲ ਸੰਬੰਧ ਹੋ ਜਾਵੇ ਤਾਂ ਸਾਰੇ ਮਸਲੇ ਹੱਲ ਹੋ ਜਾਣ। ਹੁਣ ਜਦਕਿ ਜਿਹੜੀ ਜਾਣੀ ਸਾਨੂੰ ਇੱਥੇ ਨਾ ਸਿਦਕੀ ਹੁਣੀ ਸਾਡੇ 1994 ਚ ਆਏ ਤੇ ਉਹਨਾਂ ਨਾਲ ਇਸ ਗੱਲੋਂ ਵਿਚਾਰ ਹੋਈ, ਸਾਨੂੰ ਬੜੀ ਵਧੀਆ ਲੱਗੀ। ਉਹ ਕਹਿੰਦੇ ਭਈ ਭਈ ਜੇ ਅਸੀਂ ਇਹ ਧਿਆਨ ਕਰੀਏ ਵੀ ਜਿਹੜਾ ਇੱਥੇ ਦਾ ਜੀਵਨ ਆ ਨਾ ਸਾਡਾ, ਉਹ ਤੇ ਅਸੀਂ ਜ਼ੋਰ ਲਾਈਏ ਵਧੀਆ ਤਰੀਕੇ ਨਾਲ ਜੀਣ ਲਈ, ਤੇ ਮੁੜ ਕੇ ਜਦੋਂ ਜਦੋਂ ਅਸੀਂ ਜਦੋਂ ਹੋਊਗਾ ਸਾਡਾ ਕਾਰਜ, ਅੰਤ ਆਊਗਾ ਸਾਡਾ, ਉਸ ਵੇਲੇ ਜੇ ਤਾਂ ਰੱਬ ਹੋਇਆ ਧਰਮਰਾਜ ਇਹ ਸਾਰਾ ਸਿਸਟਮ ਜਿਹੜਾ, ਕਿਉਂਕਿ ਜੇ ਰੱਬ ਨੂੰ ਕਰਨਾ ਹੈ ਨਾ, ਅਸੀਂ ਖੜਾ ਕਰਨਾ ਹੈ ਤੇ ਸਾਨੂੰ ਬਾਕੀ ਵੀ ਸਿਸਟਮ ਕਿਤੇ ਨਾ ਕਿਤੇ ਖੜਾ ਕਰਨਾ ਪੈਣਾ। ਇਹ ਨਹੀਂ ਅਸੀਂ ਕਰ ਸਕਦੇ ਵੀ ਗੁਰਬਾਣੀ ਵਿੱਚੋਂ ਪੰਕਤੀਆਂ ਲੈ ਕੇ ਤਾਂ ਅਸੀਂ ਕਹਿ ਦਈਏ ਵੀ ਰੱਬ ਹੈਗਾ ਹੈ, ਫਿਰ ਜੇ ਰੱਬ ਵਾਲਾ ਸਿਸਟਮ ਬ੍ਰਾਹਮਣ ਦਾ ਤਾਂ ਬਹੁਤ ਹੀ ਵਧੀਆ ਹੈ ਨਾ, ਹੁਣ ਤਾਂ ਪੂਰਾ ਘੜਿਆ ਹੈ ਸਿਸਟਮ। ਭਾਜੀ ਮੈਂ ਤੁਹਾਨੂੰ ਗੱਲ ਦੱਸਦਾ, ਥੋੜੀ ਬੈਕਗਰਾਉਂਡ ਦੱਸਦਾ ਜੀ। ਹਾਂਜੀ, ਇੱਥੇ ਸਾਡੇ ਜੰਮੂ ਦੇ ਵਿੱਚ ਨਾ ਇੱਕ ਕੋਈ ਤਰਕਸ਼ੀਲ ਸੋਸਾਇਟੀ ਹੈ। ਹਾਂਜੀ, ਤੇ ਉਹਨਾਂ ਦੇ ਇੱਥੇ ਮੇਰੀ ਉਹਨਾਂ ਦੇ ਕੋਈ ਸਰਦਾਰ ਪ੍ਰੀਤਮ ਸਿੰਘ ਜੀ ਨੇ ਉਹਨਾਂ ਨਾਲ ਮੇਰੀ ਇੱਕ ਵਾਰੀ ਗੱਲ ਹੋਈ। ਹਾਂਜੀ,
ਮੇਰੀ ਕਿਤਾਬ ਆਈ ਸੀ ਤੇ ਉਸ ਕਿਤਾਬ ਨੂੰ ਲੈ ਕੇ ਉਹ ਮੈਨੂੰ ਬੁਲਾ ਰਹੇ ਸੀ ਤੇ ਮੇਰੇ ਨਾਲ ਗੱਲ ਕਰਨਾ ਚਾਹੁੰਦੇ। ਹਾਂਜੀ, ਉਹ ਗੱਲ ਹੋਈ ਮੇਰੀ ਉਹਨਾਂ ਨਾਲ ਤੇ ਫਿਰ ਉਹਨਾਂ ਨੇ ਕੀ ਕੀਤਾ ਕਿ ਸ਼ਾਇਦ ਮੇਰਾ ਨਾਂ ਰੈਫਰ ਕੀਤਾ, ਜਿਹੜਾ ਇੱਥੋਂ ਦੀ ਤਰਕੀ ਸੋਸਾਇਟੀ ਦਾ ਹੈਡ ਹੈ ਜਿਹੜਾ ਸਟੇਟ ਦਾ ਉਹਨਾਂ ਦਾ। ਹਾਂਜੀ, ਉਹਦੇ ਨਾਲ ਮੇਰੀ ਗੱਲ ਹੋਈ। ਹਾਂਜੀ, ਹੁਣ ਚੂੰਕਿ ਉਹ ਰੱਬ ਨੂੰ ਨਗੇਟ ਕਰਦੇ ਜਿਹੜੇ ਨੇ ਆਪਣੇ ਜਿਹੜੇ ਉਹਨਾਂ ਦੀ ਸੋਸਾਇਟੀ ਆ ਰੱਬ ਨੂੰ ਨਗੇਟ ਕਰਦੇ ਨੇ, ਤੇ ਉਹ ਮੇਰੇ ਤੋਂ ਲਗਾਤੀ ਸਵਾਲ ਪੁੱਛ ਰਹੇ ਸੀ ਤੁਹਾਡਾ ਜਿਹੜਾ ਰੱਬ ਹੈ ਉਹ ਵੀ ਆਹ ਕਿਸ ਤਰ੍ਹਾਂ ਕਰਦਾ, ਉਹ ਕਿਸ ਤਰ੍ਹਾਂ ਕਰਦਾ, ਉਹ ਕਿਸ ਤਰ੍ਹਾਂ ਕਰਦਾ, ਆਹ ਕਿਸ ਤਰ੍ਹਾਂ ਕਰਦਾ, ਉਹ ਉਹਦੀ ਨਗੇਸ਼ਨ ਜਿਹੜੀ ਸੀ। ਤੇ ਮੈਂ ਉਹਨਾਂ ਨੂੰ ਚੀਜ਼ ਕਹੀ, ਮੈਂ ਕਿਹਾ ਦੇਖੋ ਤੁਸੀਂ ਪਦਾਰਥਵਾਦੀ ਹੋ, ਤੁਸੀਂ ਪਦਾਰਥ ਤੇ ਯਕੀਨ ਕਰਦੇ ਹੋ, ਕਹਿੰਦੇ ਹਾਂ ਕਰਦੇ ਹਾਂ। ਮੈਂ ਕਿਹਾ ਚਲੋ ਮੈਂ ਤੇ ਰੱਬ ਨੂੰ ਕਦੇ ਮਿਲਿਆ ਨੀ, ਮੈਂ ਸੱਚ ਮੈਂ ਕਹਾਂ ਕਿ ਮੈਂ ਰੱਬ ਨੂੰ ਮਿਲ ਗਿਆ, ਉਹਨਾਂ ਉਹਦੇ ਪਿਆਰ ਕਰ ਲੈਣ, ਮੈਂ ਤੇ ਕਿਤੇ ਨੀ। ਤੇ ਤੁਹਾਡੇ ਇਹਨਾਂ ਸਵਾਲਾਂ ਦੇ ਜਵਾਬ ਮੈਂ ਤੇ ਦੇ ਨੀ ਚਾਹੁੰਦਾ। ਅਲਬਤਾ ਤੁਸੀਂ ਚੂੰਕਿ ਕੁਦਰਤ ਨੂੰ ਰੱਬ ਮੰਨਦੇ ਹੋ, ਹਾਂਜੀ, ਅਗਰ ਕੁਦਰਤ ਨੂੰ ਮੰਨਦੇ ਹੋ ਤੇ ਤੁਸੀਂ ਮੈਨੂੰ ਇਸ ਕੁਦਰਤ ਤੁਹਾਡੇ ਸਾਹਮਣੇ ਖੜੀ ਹੈ, ਹੈਨਾ, ਪਦਾਰਥ ਤੁਹਾਡੇ ਸਾਹਮਣੇ ਖੜਾ, ਤੇ ਤੁਸੀਂ ਉਸ ਪਦਾਰਥ ਨੂੰ ਪੁੱਛ ਕੇ ਦੱਸੋ ਕਿ ਇਹ ਸਾਰਾ ਖੇਡ ਰਚਾਉਣ ਦੀ ਲੋੜ ਕੀ ਸੀ। ਤੁਸੀਂ ਵਿਗਿਆਨਿਕ ਹੋਣ ਦੇ ਨਾਤੇ ਇਹ ਸਾਰਾ ਕੁਝ ਤਾਂ ਦੱਸ ਰਹੇ ਹੋ ਕਿ ਆਹ ਕਿੱਦਾਂ ਹੁੰਦਾ, ਆਹ ਕਿੱਦਾਂ ਹੁੰਦਾ, ਆਹ ਕਿੱਦਾਂ ਹੁੰਦਾ, ਆਹ ਕਿੱਦਾਂ ਹੁੰਦਾ, ਪਰ ਇਨਸਾਨੀ ਸਮੱਸਿਆ ਇਹ ਹੈ ਕਿ ਬਈ ਇਹ ਕਿਉਂ ਹੁੰਦਾ। ਜਿਹੜੇ ਜੀਵਨ ਦੇ ਬਾਕੀ ਖੇਤਰ ਆ, ਜਿੰਨਾ ਕੁਛ ਹੋ ਰਿਹਾ ਆਲੇ ਦੁਆਲੇ ਆਪਣੇ, ਉਹਦੇ ਬਾਰੇ ਇੱਦਾਂ ਜਿਹੜਾ ਕੰਮ ਮੈਂ ਕਈਆਂ ਨੂੰ ਪੁੱਛਦਾ ਹੁੰਦਾ ਵੀ ਜਦੋਂ ਅਸੀਂ ਓਵਰਸੀ ਜਾਂਦੇ ਹਾਂ, ਜਿਹੜੀ ਏਅਰਲਾਈਨ ਚ ਅਸੀਂ ਜਾਣਾ, ਜਿਹੜੇ ਜਹਾਜ਼ ਚ ਜਾਣਾ, ਉਹਦੀ ਟਿਕਟ ਲੈ ਕੇ ਸੀਟ ਏਅਰਪੋਰਟ ਉੱਥੇ ਤੱਕ ਸਾਡਾ ਸੰਬੰਧ ਹੁੰਦਾ। ਬਾਕੀ ਕੀ ਕੁਛ ਜਾਣਦੇ ਉਹਦੇ ਬਾਰੇ ਅਸੀਂ, ਇੱਦਾਂ ਵੀ ਜਹਾਜ਼ ਦਾ ਭਾਰ ਕਿੰਨਾ ਆ, ਬਣਿਆ ਕਿੰਨਾ, ਪੁਰਾਣਾ ਕਿੰਨਾ, ਕੰਪਨੀ ਕਿਹੜੀ ਆ, ਇੱਥੇ ਪੈਸਾ ਕਿੰਨਾ ਲਾਇਆ। ਨਹੀਂ, ਤੁਹਾਡੀ ਜਿਹੜੀ ਇਹ ਐਨੋਲੋਜੀ ਹੈ ਨਾ, ਹਾਂਜੀ, ਇਹ ਜੀਵਨ ਨੂੰ ਨਹੀਂ ਐਕਸਪਲੇਨ ਕਰਦੀ ਨਾ। ਇੱਕ ਹਵਾਈ ਸਫ਼ਰ ਜਿਹੜਾ ਨਾ, ਉਹ ਪੂਰੇ ਜੀਵਨ ਦੇ ਸਫ਼ਰ ਦੇ ਉੱਪਰ ਢੁਕਵਾਂ ਨਹੀਂ ਟਿਕਾਇਆ ਨਹੀਂ ਜਾ ਸਕਦਾ। ਨਹੀਂ, ਪਰ ਮੈਂ ਕਹਿੰਦਾ ਵੀ ਮੈਂ ਜਦੋਂ ਬਾਕੀ ਸਾਰੇ ਖੇਤਰਾਂ ਵਿੱਚ ਅਸੀਂ ਇਸ ਤਰੀਕੇ ਨਾਲ ਜੀ ਸਕਦੇ, ਫਿਰ ਇੱਥੇ ਆ ਕੇ ਇਹ ਸਵਾਲ ਸਾਡੇ ਦਿਮਾਗ ਚ ਕਿਉਂ ਪਾਇਆ ਗਿਆ ਵੀ ਇਹਦੇ ਬਾਰੇ ਜਾਣ, ਮਤਲਬ ਜਾਣ ਵੀ ਕਿੱਦਾਂ ਸਕਦਾ ਬੰਦਾ, ਜੇ ਹੋਵੇ ਵੀ ਕੀ ਜਾਣ ਲਊਗਾ ਉਹਦੇ ਬਾਰੇ। ਨਹੀਂ, ਮੈਂ ਇਹ ਕਹਿ ਰਿਹਾ ਦੇਖੋ, ਹੁਣ ਅਸੀਂ ਜਿਸਲੇ ਤੁਸੀਂ ਗੱਲ ਕਰ ਰਹੇ ਆਪਾਂ ਦੋਵੇਂ, ਸਾਡੇ ਦਿਮਾਗ ਦੇ ਸਾਡੇ ਸਾਹਮਣੇ ਕੋਈ ਸਮੱਸਿਆ ਹੈ ਤੇ ਗੱਲ ਕਰ ਰਹੇ ਹਾਂ ਨਾ। ਨਹੀਂ, ਸਮੱਸਿਆ ਤਾਂ ਇਹੀ ਹੋਈ, ਸਮੱਸਿਆ ਇਹੀ ਹੋਈ ਹੈ ਨਾ, ਕਿਉਂ ਅਸੀਂ ਗੱਲ ਕਰ ਹੀ ਕਿਉਂ ਰਹੇ ਹਾਂ। ਨਹੀਂ ਨਹੀਂ ਨਹੀਂ, ਉਹ ਮੈਂ ਜਿਹੜੇ ਕਿਹਾ ਸੀ ਨਾ, ਅਸੀਂ ਗੱਲ ਕਰ ਹੀ ਕਿਉਂ ਰਹੇ ਹਾਂ, ਕੁਛ ਨਾ ਕੁਛ ਸਾਡਾ ਕੰਸਰਨ ਹੈ ਤੇ ਅਸੀਂ ਗੱਲ ਕਰ ਰਹੇ ਹਾਂ ਨਾ। ਨਹੀਂ ਨਹੀਂ, ਉਹ ਇਹਦੇ ਨਾਲ ਨਹੀਂ ਨਾ, ਜਿਹੜਾ ਸਫ਼ਰ ਹੈ ਨਾ ਉਹਦੇ ਵਿੱਚ, ਹਾਂ, ਜੀਵਨ ਦੇ ਸਫ਼ਰ ਦੇ ਵਿੱਚ ਬਹੁਤ ਸਾਰੇ ਕੰਸਰਨ। ਉਹਨੂੰ ਇੱਕ ਐਗਜ਼ਾਮਪਲ ਲੈਂਦੇ ਹਾਂ ਅਸੀਂ ਮਹਾਤਮਾ ਬੁੱਧ ਦੀ। ਹੁਣ ਬੁੱਧ ਨੂੰ ਦੇ ਪਿਓ ਨੇ ਇਸੇ ਸਿਚੁਏਸ਼ਨ ਵਿੱਚ ਰੱਖਿਆ ਸੀ ਮਹਿਲ ਦੇ ਅੰਦਰ, ਕਿ ਉਹ ਇਹਨਾਂ ਸਵਾਲਾਂ ਵੱਲ ਜਾਏ ਨਾ, ਉਹਨੂੰ ਨੋਏ ਨਾ ਤੇ ਦੁਨੀਆਂ ਦੇ ਸਵਾਲ, ਦੁਨੀਆਂ ਨੂੰ ਦੇਖਣ ਲਈ ਸਵਾਲ ਪੁੱਛਣਗੇ। ਲੇਕਿਨ ਉਹ ਜਿਹੜੇ ਗਿਆ ਬਾਹਰ ਦੀ ਦੁਨੀਆਂ ਵਿੱਚ ਗਿਆ, ਉਹਦੇ ਮਨ ਵੀ ਸਵਾਲ ਉੱਠ ਗਏ ਕਿ ਇਹ ਕਿਉਂ ਹੈ। ਉਹ ਸਵਾਲ ਤਾਂ ਠੀਕ ਹੈ, ਪਰ ਰੱਬ ਬਾਰੇ, ਜਾਣੀ ਰੱਬ ਬਾਰੇ ਜਿਹੜੀ, ਜੇ ਇੰਨਾ ਜ਼ਰੂਰੀ ਹੁੰਦਾ ਤਾਂ ਗੁਰੂ ਸਾਹਿਬ 10 ਪਾਤਸ਼ਾਹੀਆਂ ਹੋਏ, ਗੁਰੂ ਗ੍ਰੰਥ ਸਾਹਿਬ ਦੇ ਵਿੱਚ 5-7 ਪੰਨੇ ਇੱਦਾਂ ਖੋਲ ਕੇ ਲਿਖ ਨਾ ਦਿੰਦੇ ਵੀ ਮੈਂ ਦੇਖਿਆ ਆ ਆਹ ਕੁਛ ਹੈਗਾ ਰੱਬ। ਨਹੀਂ, ਮੈਂ ਉਹੀ ਤਾਂ ਕਹਿ ਰਿਹਾ ਵੀ ਜੇ ਜ਼ਰੂਰੀ ਹੁੰਦਾ ਉਹਨੇ ਸਮਾਜ ਬਾਰੇ, ਸਾਰਾ ਸਾਡੇ ਜੀਵਨ ਬਾਰੇ, ਸਾਡੇ ਔਗਣਾ ਗੁਣਾਂ ਬਾਰੇ, ਜਿਹੜੀ ਗੱਲ ਜਿੰਨਾ ਹੈਗਾ ਸਾਡਾ, ਹਾਂਜੀ, ਉਹਦੇ ਬਾਰੇ ਤਾਂ ਕਹਿ ਦਿੱਤਾ ਉਹਨੇ। ਤੇ ਅਸੀਂ ਰੱਬ ਦੀ ਗੱਲ ਤੇ ਗੁਰਬਾਣੀ ਵਿੱਚ ਕੀਤੀ, ਗੁਰੂ ਸਾਹਿਬ ਨੇ ਐਸੀ ਗੱਲ ਤੇ ਅਸੀਂ ਇਸ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਨਹੀਂ ਕੀਤੀ, ਕਿਹੜੀ ਸਾਨੂੰ ਪਸੰਦ ਆਏ ਜਾਂ ਨਾ ਆਏ। ਨਹੀਂ ਨਹੀਂ, ਕਿੱਦਾਂ ਮਤਲਬ, ਅਸੀਂ ਸਾਨੂੰ ਠੀਕ ਲੱਗੇ ਜਾਂ ਨਾ ਲੱਗੇ, ਪਰ ਉਹਨਾਂ ਨੇ ਤਾਂ ਕੀਤੀ। ਕੋਈ ਐਗਜ਼ਾਮਪਲ ਦਊਂਗੇ ਤੁਸੀਂ? ਹਾਂਜੀ, ਕੋਈ ਐਗਜ਼ਾਮਪਲ ਦਊਂਗੇ? ਸਿੱਖੋ ਜਾ ਕੇ ਤੁਸੀਂ ਰੱਬ ਕਿੱਦਾਂ ਬਣਿਆ, ਕਿੱਦਾਂ ਹੈਗਾ, ਕਿੱਦਾਂ ਸ੍ਰਿਸ਼ਟੀ ਬਣਾਈ, ਇਹ ਤਾਂ ਕਿਤੇ ਵੀ ਨੀ ਗੱਲ ਕਹੀ ਉਹਨਾਂ ਨੇ। ਦੇਖੋ ਰੱਬ, ਦੇਖੋ ਅਸੀਂ ਜਿਹੜੇ ਅਸੀਂ ਇਸ ਗੱਲ ਦੇ ਉੱਪਰ ਮੰਨਦੇ ਹਾਂ ਕਿ ਗੁਰੂ ਸਾਹਿਬ ਨੇ ਇਹ ਗੱਲ ਵੀ ਕਹੀ ਕਿ ਨਾਨਕ ਸੱਚ ਦਾਤਾ ਸ਼ਨਾਖਤ ਕੁਦਰਤ,
ਤੇ ਕੁਦਰਤ ਦੇ ਵਿੱਚ ਜੀਵਨ ਨੂੰ ਦੇਖਣਾ ਹੀ ਜਿਹੜਾ ਜੀਵਨ ਦੇ ਥਰੂ ਹੀ ਅਸੀਂ ਰੱਬ ਨੂੰ ਸਮਝਣਾ ਨਾ। ਨਹੀਂ ਮਤਲਬ ਗੱਲ ਤਾਂ ਗੱਲ ਤਾਂ ਇਹ ਹੈ ਨਾ, ਗੱਲ ਤਾਂ ਕਿਉਂਕਿ ਗੁਰੂ ਸਾਹਿਬ ਦੇ ਮੂਹਰੇ ਤਾਂ ਸਮੱਸਿਆ ਇਹ ਸੀ ਨਾ, ਉਹਨਾਂ ਤੋਂ ਪਹਿਲਾਂ ਜਿਹੜੇ ਧਰਮ ਆ ਉਹ ਰੱਬ ਦੇ ਬਾਰੇ ਲੋਕਾਂ ਨੂੰ ਭਟਕਾ ਰਹੇ ਸੀ, ਵੱਖਰੇ ਵੱਖਰੇ ਰਾਹ ਦੱਸ ਕੇ ਆਪਣੇ ਮਗਰ ਲਾ ਰਹੇ ਸੀ ਵੀ ਮੈਨੂੰ ਪਤਾ ਰੱਬ ਦੇ ਬਾਰੇ। ਹੁਣ ਜਦ ਕਿ ਲੋੜ ਇਹ ਸੀ ਵੀ ਜਿਹੜਾ ਤੈਨੂੰ ਜੀਵਨ ਮਿਲ ਗਿਆ ਆ ਉੱਥੇ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਤੇ ਆਲੇ ਦੁਆਲੇ ਨੂੰ ਵਧੀਆ ਕਿੱਦਾਂ ਬਣਾਉਣਾ ਆ। ਗੁਰੂ ਸਾਹਿਬ ਕਹਿੰਦੇ ਵੀ ਤੂੰ ਰੱਬ ਦੇ ਪਾਸੇ ਭਟਕਣ ਦੀ ਬਜਾਏ ਆ ਜਿਹੜਾ ਜੋ ਕੁਛ ਆਲੇ ਦੁਆਲੇ ਆ ਇਹਨੂੰ ਠੀਕ ਰੱਖ। ਜੇ ਆਪਾਂ ਇੱਦਾਂ ਮੰਨੀਏ ਵੀ ਜਿੰਨਾ ਜੀਵਨ ਆ ਸਾਡਾ ਉਹਦੇ ਵਿੱਚ ਟਾਰਗੇਟ ਅਸੀਂ ਇਹ ਰੱਖੀਏ ਵੀ ਅਸੀਂ ਆਪਣਾ ਆਪਣੇ ਪਰਿਵਾਰ ਦੇ ਪ੍ਰਤੀ ਜ਼ਿੰਮੇਵਾਰੀਆਂ, ਸਮਾਜ ਪ੍ਰਤੀ ਜ਼ਿੰਮੇਵਾਰੀਆਂ, ਕੌਮੀ ਸੰਕਲਪ ਸਾਡਾ ਜਿਹੜਾ ਵੱਖਰੀ ਕੌਮ ਆ ਇਹ ਜੀਵੀਏ। ਜਿੱਦਣ ਸਾਡਾ ਸਾਹ ਨਿਕਲ ਗਿਆ ਉਹ ਤੋਂ ਬਾਅਦ ਉਦੋਂ ਹੀ ਪਤਾ ਲੱਗੂਗਾ, ਮੁੜ ਕੇ ਤਾਂ ਆਉਣਾ ਨਹੀਂ ਕਿਸੇ ਨੇ। ਤੇ ਜੇ ਉਹ ਮੰਨ ਲਓ ਸਾਰਾ ਕੁਛ ਹੋਇਆ ਜਿਹੜਾ ਰੱਬ ਕਿਸੇ ਵੀ ਤਰ੍ਹਾਂ ਦਾ ਹੋਇਆ, ਜੇ ਉਹ ਹੋਇਆ ਤੇ ਉਹ ਕਿਹੜੀ ਗੱਲੋਂ ਸਾਡੀ ਗਲਤੀ ਕੱਢੂਗਾ ਸਿੱਖਾਂ ਦੀ? ਨਹੀਂ ਇਹ ਜਿਹੜੀਆਂ ਗੱਲਾਂ ਨੇ ਅਸੀਂ ਜੀਵਨ ਮੁਕਤ ਦੀ ਜਿਹੜੀ ਗੱਲ ਕਰ ਰਹੇ ਹਾਂ, ਠੀਕ ਹੈ, ਜੀਵਨ ਮੁਕਤੀ ਦੀ ਗੱਲ ਇਹਦੇ ਬਾਰੇ ਤੇ ਸਿੱਖੀ ਕੀ ਕਹਿੰਦੀ ਹੈ, ਇਹਦੇ ਬਾਰੇ ਵੀ ਬਹੁਤ ਚਿਰ ਤੋਂ ਗੱਲ ਹੋ ਰਹੀ ਹੈ। ਨਹੀਂ ਨਹੀਂ ਜੀਵਨ ਕਰ ਰਹੇ ਹਾਂ, ਜੀਵਨ ਮੁਕਤ ਦੀ ਮੈਂ ਨੀ ਕੋਈ ਇੱਦਾਂ ਦੀ ਗੱਲ ਕੀਤੀ, ਮੈਂ ਇੱਦਾਂ ਦੀ ਸ਼ਬਦਾਵਲੀ ਨੀ ਕੋਈ ਵੀ ਚੱਕੀ, ਇਹਨੂੰ ਜੀਵਨ ਮੁਕਤ ਕਹਿਣਾ ਅਸੀਂ ਜਾਂ ਕੋ, ਮੈਂ ਨੀ ਕੋਈ ਵੀ ਇੱਦਾਂ ਦੀ, ਮੈਂ ਫਿਲੋਸਫੀ ਚ ਤਾਂ ਗੱਲੇ ਨੀ, ਮੈਂ ਤਾਂ ਸਿੰਪਲ ਗੱਲ ਕਰਦਾ ਵੀ ਇੱਕ ਬੱਚਾ ਆਇਆ ਧਰਤੀ ਦੇ ਉੱਤੇ, ਉਹਨੂੰ ਜਿਸ ਸਮਾਜ ਵਿੱਚ ਉਹ ਪੜਨ ਲੱਗਾ ਉਹ ਸਮਾਜ ਉਹਨੂੰ ਇਹ ਦੱਸਦਾ ਆ ਵੀ ਆਹ ਤੇਰਾ ਪਿਛੋਕੜ ਆ, ਏਦਾਂ ਆਹ ਭਾਸ਼ਾ ਆ, ਆਹ ਮਾਤ ਭਾਸ਼ਾ ਤਾਂ ਜ਼ਰੂਰੀ ਆ ਸਾਡੇ ਲਈ, ਕਿਉਂ ਹੁਣ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਇਸ ਗੱਲ ਨੂੰ ਚੀਕਾਂ ਮਾਰ ਮਾਰ ਕੇ ਉਹ ਕਹਿੰਦੇ ਆ ਵੀ ਜੇ ਬੱਚਾ ਮਾਤ ਭਾਸ਼ਾ ਆਪਣੀ ਸਿੱਖ ਲਏ ਨਾ ਤੇ ਬਾਕੀ ਭਾਸ਼ਾਵਾਂ ਸਿੱਖਣੀਆਂ ਬਹੁਤ ਸੌਖੀਆਂ ਉਹਦੇ ਲਈ। ਉਹੀ ਸਾਡੀ ਹੋਂਦ ਆ, ਸਾਨੂੰ ਪਤਾ ਲੱਗ ਜਾਏ ਵੀ ਅਸੀਂ ਪਿੱਛੋਂ ਆ ਸਾਡਾ ਇੱਥੇ ਤਾਂ ਜੀ ਹੁਣ ਕੋਈ ਵੀ ਚੀਜ਼ ਆ ਜੇ 20-50 ਸਾਲ ਤੋਂ ਵੀ ਹੈਗੀ ਤਾਂ ਉਹ ਸਾਡਾ ਪਿਛੋਕੜ ਇਤਿਹਾਸ ਬਣ ਗਿਆ ਤੇ ਸਾਡੇ ਕੋਲ ਤਾਂ ਬੜਾ ਵਧੀਆ ਆ ਵੀ ਉਹ ਦੱਸ ਦਿੱਤਾ ਜਾਵੇ ਉਹਨੂੰ ਕਰਕੇ ਸਮਾਜ ਦੇ ਵਿੱਚ ਜਿੱਧਰ ਨੂੰ ਦੁਨੀਆਂ ਜਾ ਰਹੀ ਆ, ਜਿੱਧਰ ਨੂੰ ਸਾਨੂੰ ਕਿਉਂਕਿ ਜੀਣਾ ਤਾਂ ਨਾਲ ਹੀ ਆ ਦੁਨੀਆਂ ਦੇ ਅਸੀਂ। ਹੁਣ ਜੇ ਅਫਗਾਨਿਸਤਾਨ ਵਰਗਾ ਮੁਲਕ ਜਿਹਨਾਂ ਕੋਲ ਆਪਣਾ ਮੁਲਕ ਆ, ਇਰਾਕ ਆ, ਉਹਨਾਂ ਕੋਲ ਆਪਣਾ ਮੁਲਕ ਸੀਗਾ, ਫਿਰ ਵੀ ਉਹ ਕੁਛ ਨਹੀਂ ਕਰ ਸਕੇ ਵੀ ਦੁਨੀਆਂ ਜਿੱਦਾਂ ਮਰਜ਼ੀ ਜਾਵੇ ਇਸ ਤੇ ਇੱਦਾਂ ਹੀ ਕਰਨੀ ਆ। ਉਹ ਕਰਨਾ ਤਾਂ ਕਿਉਂਕਿ ਇੰਟਰਨੈਟ ਆ, ਸਾਰਾ ਕੁਛ ਆ, ਸਾਨੂੰ ਵਸਤਾਂ ਜਿਹੜੀਆਂ ਸਾਰਾ ਕੁਛ ਕੰਟਰੀ ਦੇ ਵਿੱਚ ਕਦੇ ਵੀ ਨਹੀਂ ਬਣ ਸਕਣਾ। ਜੇ ਮੰਨ ਲਓ ਅਸੀਂ ਚਾਹੀਏ ਸਾਡੇ ਕੋਲ ਖਾਲਿਸਤਾਨ ਵੀ ਹੋ ਜਾਏ, ਫਿਰ ਵੀ ਸਾਨੂੰ ਨਾਲ ਹੀ ਚੱਲਣਾ ਪੈਣਾ। ਤੇ ਉਹ ਜ਼ੋਰ ਅਸੀਂ ਕੋਸ਼ਿਸ਼ ਇਹ ਕਰੀਏ ਵੀ ਆਹ ਜੀਵਨ ਜਿਹੜਾ ਸਾਡਾ ਜੰਮਣ ਤੋਂ ਲੈ ਕੇ ਮਰਨ ਦੇ ਵਿਚਾਲੇ ਦਾ ਇਹ ਵਧੀਆ ਜੀ ਲਈਏ, ਮਰਨ ਤੋਂ ਬਾਅਦ ਜੋ ਵੀ ਹੋਊਗਾ ਸਿੱਝ ਲਾਂਗੇ ਆਪਾਂ ਜਿੱਥੇ ਹੋਇਆ ਰੱਬ। ਜਾਣੀ ਵੱਡੀ ਗੱਲ ਇਹ ਵੀ ਗੁਰੂ ਸਾਹਿਬ ਨੇ ਕਿਤੇ ਵੀ ਸਾਨੂੰ ਇਹ ਗੱਲ ਨਹੀਂ ਕਹੀ ਵੀ ਲੱਭੀ ਜ਼ਰੂਰ ਤੂੰ ਰੱਬ ਨੂੰ, ਜਾਣੀ ਤੂੰ ਧਰਤੀ ਤੇ ਆਉਣਾ ਅਕਸਰ, ਜੇ ਤੂੰ ਰੱਬੇ ਹੀ ਨਾ ਲੱਭਿਆ ਫੇਰ ਕੀ ਫਾਇਦਾ ਤੇਰਾ। ਉਹਨਾਂ ਨੇ ਤੇ ਮੈਂ ਤੇ ਇਹ ਕਹਾਂਗਾ ਕਿ ਉਹਨਾਂ ਨੇ ਰੱਬ ਨੂੰ ਜਿਹੜੀ ਸਮਝਣ ਦੀ ਜ਼ਰੂਰਤ ਹੈ, ਜਿਹੜੀ ਥਰਸਟ ਆਦਮੀ ਦੀ ਜਿਹਨਾਂ ਦੀ ਕੋਸ਼ਿਸ਼ ਹੈ। ਨਹੀਂ ਕਿਹੜੇ ਆਦਮੀ ਦੀ, ਕਿਹੜੇ ਆਦਮੀ ਦੀ, ਸਾਡੇ ਫਿਲੋਸਫਰਾਂ ਤੋਂ ਬਿਨਾਂ ਨਾ ਜਿਹੜੇ ਸਾਡੇ, ਨਹੀਂ ਨਹੀਂ ਜਿਹੜੇ ਵਿਦਵਾਨ ਆ ਨਾ ਸਾਡੇ ਕਹਾਉਂਦੇ, ਜਿਹਨਾਂ ਕੋਲ ਮੈਨੂੰ ਤਾਂ ਇੱਦਾਂ ਲੱਗਦਾ ਜੀ ਜਿਹਨਾਂ ਕੋਲ ਕਰਨੇ ਨੂੰ ਕੁਛ ਨਹੀਂ ਹੈਗਾ ਜ਼ਿੰਦਗੀ ਚ, ਜੇ ਕੋਈ ਸੰਸਥਾ ਚਲਾ ਕੇ 10 ਬੰਦਿਆਂ ਨੂੰ ਕਮਾਂਡ ਦੇ ਕੇ ਕੋਈ ਸਮਾਜ ਚ ਖੜਾ ਕਰਨ ਜੋਗੇ ਹੁੰਦੇ ਨਾ ਉਹ, ਤੇ ਜ਼ਰੂਰ ਕੁਛ ਨਾ ਕੁਛ ਕਰਦੇ, ਜਿਹਨਾਂ ਕੋਲ ਉਹ ਇੱਕ ਕੁਛ ਵੀ ਨਹੀਂ ਬਣਾ ਸਕੇ ਉਹ ਇਹ ਫਿਲੋਸਫੀ ਲੈ ਕੇ ਲੋਕਾਂ ਨੂੰ ਕਮਲੇ ਕਰੀ ਜਾਂਦੇ, ਸਦਾਈ ਬਣਾਈ ਜਾਂਦੇ, ਬਸ ਮੈਨੂੰ ਇੱਦਾਂ ਲੱਗ ਰਿਹਾ। ਨਹੀਂ ਉਹ ਤੇ ਚਲੋ ਮੈਂ ਤੁਹਾਡੀ ਗੱਲ ਸਮਝ ਰਿਹਾ ਕਿ ਤੁਸੀਂ ਜੋ ਕਹਿ ਰਹੇ ਹੋ, ਲੇਕਿਨ ਮੈਂ ਜਿਹੜੀ ਮੇਰੀ ਅਜੀਬ ਗੱਲ ਜਿੱਥੋਂ ਸ਼ੁਰੂ ਹੋਈ ਸੀਗੀ ਗੱਲ ਇਹ ਸੀਗੀ ਕਿ ਕੁਦਰਤ ਦੇ ਬਾਰੇ ਜਿਹੜਾ ਮੈਂ ਕਮੈਂਟ ਕੀਤਾ ਆਪਣੇ ਭਾਈ ਸਾਹਿਬ ਦੇ ਉਸ ਬਿਆਨ ਤੋਂ ਬਾਅਦ, ਤੇ ਮੇਰੇ ਮਨ ਚ ਕੁਛ ਸਵਾਲ ਆਏ ਸੀਗੇ। ਹੁਣ ਅਸੀਂ ਉਹਨਾਂ ਨੂੰ ਪੁੱਛ ਤੇ ਸਕਦੇ ਨੀ ਕਿਉਂਕਿ ਕੋਈ ਹਫ਼ਤਾ ਨਹੀਂ ਹੈ। ਨਹੀਂ ਆਪਾਂ ਉਹ ਵੀ ਕਿਉਂਕਿ ਤੁਹਾਡੇ ਨਾਲ ਗੱਲ ਕਰਨ ਦਾ ਸਾਡਾ ਮਕਸਦ ਇਹ ਵੀ ਆ ਵੀ ਅਸੀਂ ਅੱਗੇ ਚੱਲ ਕੇ ਕੋਈ ਇੱਦਾਂ ਦਾ ਚਾਹੁੰਦੇ ਅਸੀਂ ਸ਼ਾਇਦ ਸਬੱਬ ਬਣਾ ਲਈਏ ਵੀ ਉਹਨਾਂ ਨੂੰ ਅਸੀਂ ਆਨਰ ਲਿਆ ਕਰੀਏ। ਢੱਡੀਆਂ ਵਾਲਿਆਂ ਨੂੰ ਇੱਦਾਂ ਮੰਨ ਲਓ ਅਸੀਂ ਇੱਦਾਂ ਇੱਕ ਦਿਨ ਰੱਖ ਦਈਏ ਵੀ 2 ਘੰਟੇ 1 ਘੰਟਾ ਉਹ ਆਨਰ ਹੋਣ, ਤੇ ਜਿਨ ਵੀ ਸਵਾਲ ਕਰਨੇ ਆ ਉਹ ਕਰੀ ਜਾਣ ਅਸੀਂ ਇੱਦਾਂ ਕੁਛ ਇੱਦਾਂ। ਵੈਸੇ ਵੀ ਨੀ ਰਾਤ ਦੇ ਦੀਵਾਨ ਚ ਨੀ ਕਹਿ ਦਿੱਤਾ ਵੀ 2019 ਦੀ ਵਿਸਾਖੀ ਤੋਂ ਬਾਅਦ 1 ਸਾਲ ਵਾਸਤੇ ਉਹਨੇ ਸਿਰਫ ਸਵਾਲਾਂ ਦੇ ਜਵਾਬ ਦੇਣੇ ਆ।
ਪਰ ਮੈਨੂੰ ਤੁਹਾਡੀ ਆ ਜਿਹੜੀ ਗੱਲ ਆ ਨਾ ਮੈਨੂੰ ਇੰਨੀ ਘਟੀਆ ਲੱਗੀ ਪੇ ਉਹ ਜਿਹੜਾ ਇਨਕਲਾਬੀ ਤੱਤ ਬੜੇ ਚਿਰਾਂ ਬਾਅਦ ਪ੍ਰਚਾਰਕਾਂ ਦੇ ਵਿੱਚ ਜਿਹੜੇ ਸਿਰਫ ਢਿੱਡ ਭਰਨ ਲਈ ਬੈਠੇ ਸੀ ਜਾਂ ਉਹ ਖਾਲੀ ਫਿਲਾਸਫੀ ਘੁੱਟੀ ਜਾਂਦੇ ਸੀ ਦੁਨੀਆਂ ਕਮਲੀ ਕਰਕੇ ਸਿੱਟੀ ਹੋ ਸੀ ਜਿਸ ਤਰੀਕੇ ਨਾਲ ਬ੍ਰਾਹਮਣ ਨੇ ਚੱਕਰਾਂ ਚ ਪਾਇਆ ਸੀ ਨਾ ਆਪਣਾ ਢਿੱਡ ਭਰਨ ਲਈ ਉਦਾਂ ਹੀ ਸਾਡੇ ਪ੍ਰਚਾਰਕਾਂ ਨੇ ਪਾਈ ਰੱਖਿਆ ਔਰ ਜਿਹੜੇ ਬੰਦਿਆਂ ਨੇ ਇਨਕਲਾਬੀ ਗੱਲਾਂ ਵੀ ਕੀਤੀਆਂ ਉਹਨਾਂ ਚ ਚਾਹੇ ਘੱਗਾ ਜੀ ਚਾਹੇ ਸਪੋਕਸਮੈਨ ਵਾਲਾ ਉਹ ਗੱਲਾਂ ਕਿਤੇ ਵੀ ਪ੍ਰੈਕਟੀਕਲੀ ਕੁਛ ਨਹੀਂ ਕਰ ਸਕੀਆਂ ਸਿਰਫ ਗੱਲਾਂ ਕਰ ਕਰਕੇ ਆਪਣਾ ਜੀਵਨ ਉਹਨਾਂ ਦਾ ਕਿਤੇ ਨਹੀਂ ਪਹਿਲੀ ਵਾਰ ਕੋਈ ਬੰਦਾ ਹੋਇਆ ਜਿਹਨੇ ਗੱਲ ਕਰਕੇ ਇਹ ਵੀ ਕਹਿਤਾ ਵੀ ਜੇ ਲੋੜ ਪਈ ਤਾਂ ਮੈਂ ਪਰਮੇਸ਼ਰ ਦੁਆਰਾ ਸਿਸਟਮ ਨੂੰ ਛੱਡ ਦੂੰਗਾ ਮੈਂ ਤੇ ਉਹਨੂੰ ਉਹਨੂੰ ਉਹਦੇ ਉੱਤੇ ਅਸੀਂ ਉਹਨੂੰ ਪ੍ਰੈਕਟੀਕਲਿਟੀ ਉਹਦੀ ਦੇਖਣ ਦੀ ਬਜਾਏ ਉਹਨੂੰ ਇਹ ਕਹਿ ਦਿੱਤਾ ਵੀ ਇਹ ਸਵਾਮੀ ਦਯਾਨੰਦ ਦੀ ਨਕਲ ਆ ਜਾਂ ਅਸੀਂ ਕਹਿੰਦੇ ਕਾਮਰੇਡਾਂ ਦੀ ਨਕਲ ਆ ਜਾਂ ਕਹਿੰਦੇ ਔਰ ਬੰਦੇ ਵੀ ਪ੍ਰਭ ਦੀ ਪਰ ਗਏ ਬੰਦੇ ਜਿਹਨਾਂ ਨੂੰ ਡੱਖੇ ਦੀ ਅਕਲ ਨਹੀਂ ਯਾਰ ਐਡਾ ਬੇਹੂਦਾ ਬੰਦਾ ਜਿਹੜਾ ਕਹਿੰਦਾ ਵੀ ਨਾਸਤਕ ਆ ਬਖਸ਼ੀਸ਼ ਸਿੰਘ ਹੋਇਆ ਪ੍ਰਭ ਦੀ ਉਹ ਬੰਦਿਆਂ ਨੂੰ ਤਾਂ ਵੈਸੇ ਹੀ ਅਕਲ ਨਹੀਂ ਗੁਰਮਤ ਦੇ ਬਾਰੇ ਤੇ ਤੁਹਾਡਾ ਆਰਟੀਕਲ ਪੜ੍ਹ ਕੇ ਸਾਨੂੰ ਬੜੀ ਹੈਰਾਨੀ ਹੋਈ ਵੀ ਦੇਖੋ ਨਹੀਂ ਭਾਜੀ ਗੱਲ ਇਹ ਹੈ ਕਿ ਮੈਂ ਗੱਲ ਕਹਿ ਸਕਾਂ ਆਪਣੀ ਹਾਂਜੀ 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 ਗੱਲ ਇਹ ਹੈ ਕਿ ਭਾਜੀ ਮੈਂ ਮੇਰੀ ਇੱਕ ਆਦਤ ਹੈ ਕਿ ਮੈਂ ਕਿਸੇ ਨੂੰ ਨਿੱਜੀ ਰੂਪ ਦੇ ਵਿੱਚ ਕਿਸੇ ਦੀ ਗੱਲ 'ਚ ਕਮੈਂਟ ਨਹੀਂ ਕਰਦਾ ਉਹਦੀ ਨਿਜਤਾ ਨੂੰ ਦੇਖ ਕੇ ਨਹੀਂ ਕਰਦਾ ਠੀਕ ਹੈ ਉਹਨਾਂ ਨੇ ਇੱਕ ਨੁਕਤਾ ਚੁੱਕਿਆ ਉਹਨਾਂ ਨੇ ਕੁਦਰਤ ਦੇ ਨਿਯਮਾਂ ਨੂੰ ਰੱਬ ਕਿਹਾ ਔਰ ਉਹਦੇ ਪਿੱਛੇ ਦੀ ਬੈਕਗਰਾਊਂਡ ਦੇ ਕਿਸੇ ਰੱਬ ਨੂੰ ਉਹਨਾਂ ਨੇ ਕਿਹਾ ਕਿ ਇਹ ਨਹੀਂ ਹੈ ਮੈਨੂੰ ਲੱਗਾ ਕਿ ਸ਼ਾਇਦ ਉਹ ਗੁਰਬਾਣੀ ਦੇ ਅਨੁਸਾਰ ਕੁਛ ਗੱਲ ਨੂੰ ਮਿਸ ਕਰ ਰਹੇ ਕੁਦਰਤ ਦੇ ਵਿੱਚ ਰੱਬ ਆ ਕੁਦਰਤ ਤੋਂ ਪਹਿਲਾਂ ਵੀ ਰੱਬ ਆ ਤੇ ਕੁਦਰਤ ਤੋਂ ਬਾਅਦ ਵੀ ਰੱਬ ਰਹੇਗਾ ਜਦੋਂ ਅਸੀਂ ਮੰਨਦੇ ਹਾਂ ਵੀ ਕੁਦਰਤ ਦੇ ਵਿੱਚ ਰੱਬ ਹੈਗਾ ਆ ਤਾਂ ਕੁਦਰਤ ਤੋਂ ਪਹਿਲਾਂ ਵਾਲੇ ਰੱਬ ਨੂੰ ਲੱਭਣ ਦੀ ਕੀ ਲੋੜ ਪੈ ਗਈ ਸਾਨੂੰ ਨਹੀਂ ਰੱਬ ਨੂੰ ਲੱਭਣ ਦੀ ਲੋੜ ਦੀ ਗੱਲ ਨਹੀਂ ਹੈ ਗੱਲ ਇਹ ਹੈ ਸਵਾਲ ਇਹ ਹੈ ਕਿ ਮੈਂ ਇਹ ਸਵਾਲ ਚੁੱਕ ਰਿਹਾ ਸੀ ਜਾਂ ਮੈਂ ਭਾਈ ਜੀ ਅਗਰ ਮੈਨੂੰ ਮਿਲਣ ਤੇ ਮੈਂ ਉਹਨਾਂ ਨੂੰ ਸਵਾਲ ਪੁੱਛਾਂ ਹਾਂਜੀ ਕਿ ਕਿਆ ਮੈਂ ਪੁੱਛਿਆ ਵੀ ਹੈ ਉਹਨਾਂ ਨੂੰ ਇੱਕ ਪੱਤਰ ਵਿੱਚ ਪੁੱਛਿਆ ਵੀ ਹੈ ਕਿ ਕਿਆ ਉਹ ਇਹ ਚੀਜ਼ ਦੱਸ ਸਕਦੇ ਨੇ ਕਿ ਇਸ ਪੂਰੀ ਕੁਦਰਤ ਦੇ ਵਿੱਚ ਜਿਹਨੂੰ ਜਿਹੜੇ ਕੁਦਰਤੀ ਨਿਯਮ ਕਿਆ ਇਹਨਾਂ ਟੋਟਲ ਨਿਯਮਾਂ ਦੇ ਵਿੱਚ ਕੋਈ ਐਸਾ ਨਿਯਮ ਹੈ ਜਿਹੜਾ ਕਿਤੇ ਕੁਦਰਤ ਦੇ ਬਾਹਰੋਂ ਔਰ ਗੈਰ ਕੁਦਰਤੀ ਢੰਗ ਨਾਲ ਆਇਆ ਦੁਬਾਰਾ ਕਰਿਓ ਵੀ ਕੁਦਰਤ ਦੇ ਨਿਯਮਾਂ ਵਿੱਚ ਕੋਈ ਐਸਾ ਨਿਯਮ ਹੈ ਜਿਹੜਾ ਗੈਰ ਕੁਦਰਤੀ ਹੈ ਮਤਲਬ ਇਹ ਕਿੱਦਾਂ ਇਹ ਸਵਾਲ ਹੀ ਕਿੱਦਾਂ ਦਾ ਬਣਦਾ ਮੈਨੂੰ ਸਮਝ ਨਹੀਂ ਆ ਰਹੀ ਸਵਾਲ ਦੀ ਦੇਖੋ ਤਾਂ ਇਹ ਸਵਾਲ ਤੇ ਬਹੁਤ ਬਟਨਲੈਸ ਸਵਾਲ ਹੈ ਨਹੀਂ ਨਹੀਂ ਪਹਿਲੀ ਗੱਲ ਤਾਂ ਇਹ ਆ ਜਿਹੜੇ ਕੁਦਰਤ ਦੇ ਨਿਯਮ ਆ ਨਿਯਮਾਂ ਦੇ ਬਾਰੇ ਅਸੀਂ ਕਿੱਦਾਂ ਜਾਣ ਸਕਦੇ ਹਾਂ ਵੀ ਕਿਹੜੇ ਕਿਹੜੇ ਨਿਯਮ ਆ ਸਾਡੀ ਤਾਂ ਅਸੀਂ ਤਾਂ ਉਹ ਜਾਣਦੇ ਹਾਂ ਜਿੰਨੀ ਸਾਡੀ ਪਹੁੰਚ ਆ ਨਹੀਂ ਉਹ ਤੇ ਹੈ ਲੇਕਿਨ ਮੇਰਾ ਇੱਕ ਕਾਮਨ ਸਵਾਲ ਹੈ ਬੜਾ ਆਸਾਨ ਜਿਹਾ ਸਵਾਲ ਹੈ ਕਿ ਕਿਆ ਇਸ ਸਾਰੀ ਕੁਦਰਤ ਦੇ ਵਿੱਚ ਹਾਂਜੀ ਕੁਦਰਤੀ ਨਿਯਮਾਂ ਦੇ ਵਿੱਚ ਕਿਆ ਕੋਈ ਐਸਾ ਨਿਯਮ ਹੈ ਜਿਹੜਾ ਗੈਰ ਕੁਦਰਤੀ ਹੈ ਕੁਦਰਤ ਦੇ ਵਿੱਚ ਕਿਤੋਂ ਬਾਹਰੋਂ ਆਇਆ ਕੁਦਰਤ ਨੇ ਨਹੀਂ ਬਣਾਇਆ ਲੇਕਿਨ ਆ ਗਿਆ ਇਦਾਂ ਇਹ ਤਾਂ ਸੋਚ ਵੀ ਕਿੱਦਾਂ ਸਕਦੇ ਹਾਂ ਕੁਦਰਤ ਦੇ ਵਿੱਚ ਸਾਰਾ ਕੁਛ ਕੁਦਰਤ ਉਹ ਤਾਂ ਉਸ ਕਿਉਂਕਿ ਸਭ ਤੋਂ ਸਾਰਾ ਕੁਛ ਜਿਹੜਾ ਨਾ ਹੁਣ ਜਿੱਦਾਂ ਹੁਣ ਇਸ ਵੇਲੇ ਸਾਡੇ ਕੋਲ 2:51 ਹੋਏ ਆ ਸੋਰੀ 54 2:54 PM ਆ ਤੇ ਕੁਦਰਤ ਨੇ ਜਿਹੜਾ 2:55 PM ਆ ਨਾ ਈਵਨ ਹੁਣ ਤੋਂ ਗਾਹਾਂ ਦਾ ਸੈਕਿੰਡ ਵੀ ਆ ਉਹ ਭੇਦ ਰੱਖਿਆ ਆ ਉਹਦੇ ਬਾਰੇ ਸਾਨੂੰ ਬੰਦੇ ਨੂੰ ਕੱਖ ਨੀ ਪਤਾ ਕੁਛ ਮੈਂ ਉਹ ਗੱਲ ਨੀ ਕਰ ਰਿਹਾ ਨਹੀਂ ਠੀਕ ਹੈ ਭਵਿੱਖ ਦੇ ਬਾਰੇ ਵਿੱਚ ਕਿਸੇ ਨੂੰ ਕੁਛ ਨੀ ਪਤਾ ਨਹੀਂ ਭਵਿੱਖ ਮਤਲਬ ਜਿਹੜਾ ਤੁਹਾਡਾ ਸਵਾਲ ਆ ਉਹਦਾ ਜਵਾਬ ਤਾਂ ਦਿੱਤਾ ਜਾ ਸਕਦਾ ਜੇ ਲਿਸਟ ਬਣਾਈ ਜਾ ਸਕੇ ਵੀ ਇਹ ਨਿਯਮ ਹੈਗੇ ਆ ਇਹਨਾਂ ਦੇ ਵਿੱਚੋਂ ਹੁਣ ਲੱਭੋ ਵੀ ਕੁਦਰਤ ਦਾ ਕਿਹੜਾ ਤੇ ਕੁਦਰਤ ਤੋਂ ਬਾਹਰੋਂ ਕਿਹੜਾ ਉਹ ਤਾਂ ਅਸੀਮ ਆ ਨਾ ਉਹਦੇ ਬਾਰੇ ਤਾਂ ਹੋ ਸਕਦਾ ਭਲਕੇ ਨੂੰ ਸੂਰਜ ਦੀ ਚਾਲ ਨਾਪ ਲਈ ਜਾਵੇ ਜਿਸ ਲਈ ਅਸੀਂ ਇਹ ਕਹਿਤਾ ਵੀ ਸਾਨੂੰ ਸਾਰਿਆਂ ਨੂੰ ਕੁਦਰਤ ਦੇ ਨਿਯਮ ਦਾ ਪਾਲਣ ਕਰਨਾ ਚਾਹੀਦਾ ਹਾਂਜੀ ਤੇ ਫਲਾਂ ਫਲਾਂ ਬੰਦੇ ਨੂੰ ਅਸੀਂ ਨਕੇਦੇ ਆ ਵੀ ਫਲਾਂ ਫਲਾਂ ਬੰਦਾ ਕੁਦਰਤ ਦੇ ਨਿਯਮ ਦਾ ਪਾਲਣ ਨਹੀਂ ਕਰ ਰਿਹਾ ਨਹੀਂ ਇਹਦਾ ਮਤਲਬ ਸਾਡੇ ਕੋਲ ਕੋਈ ਲਿਸਟ ਹੈ ਤੇ ਹੈ ਨਾ ਹੈ ਮਤਲਬ ਜਿਹੜੀ ਅਸੀਂ ਗੱਲ ਤੇ ਹੈ ਨਾ ਜਿਹੜੀ ਅਸੀਂ ਕਹਿ ਰਹੇ ਹਾਂ ਜਿਹੜੀ ਕਾਮਨ ਦੇਖੋ ਨਾ ਜਿਹੜੀ ਕਾਮਨ ਸੈਂਸ ਆ ਸਾਡੀ
ਹੁਣ ਜਿੱਦਾਂ ਰੱਬ ਨੇ ਬਣਾਇਆ ਜਿਹੜਾ ਸਾਹ ਆ ਉਹ ਆਕਸੀਜਨ ਦੇ ਰਾਹੀਂ ਆਉਂਦਾ, ਇੰਨੀ ਖੋਜ ਕਰ ਲਈ ਬੰਦੇ ਨੇ, ਨਿਯਮ ਸਮਝ ਲਿਆ ਤੇ ਕੋਈ ਬੰਦਾ ਆਕਸੀਜਨ ਨੂੰ ਗੰਧਲਾ ਕਰੇ, ਉਹਦੇ ਵਿੱਚ ਜਿਹੜੀ ਕਾਰਬਨ ਡਾਈਆਕਸਾਈਡ ਆ ਉਹ ਬੰਦਾ ਛੱਡਦਾ ਆ ਤੇ ਦਰਖਤਾਂ ਦੇ ਕੋਲੋਂ ਆਕਸੀਜਨ ਲੈਂਦਾ ਆ, ਇਹ ਕੁਦਰਤ ਦਾ ਨਿਯਮ ਪਤਾ ਲੱਗ ਗਿਆ ਬੰਦੇ ਨੂੰ। ਹੁਣ ਜਿਹੜਾ ਬੰਦਾ ਜਿਹੜੇ ਜਿਹੜਾ ਆਕਸੀਜਨ ਦਾ ਸੋਰਸ ਆ ਜਿਹੜਾ ਉਹਨੂੰ ਖਤਮ ਕਰ ਰਿਹਾ, ਉਹ ਕਹਾਂਗੇ ਨਾ ਭਈ ਰੱਬ ਨੇ ਧਰਤੀ ਦੇ ਉੱਤੇ ਜਿਹੜੇ ਦਰਖਤ ਬਣਾਏ ਸੀ ਇਸ ਕਰਕੇ ਬਣਾਏ ਸੀ ਵੀ ਜਿਹੜਾ ਮਨੁੱਖੀ ਆ ਜੀਵ ਆ ਜਿਹੜੇ ਉਹ ਸਾਹ ਲੈ ਸਕਣ ਵਧੀਆ ਤਰੀਕੇ ਨਾਲ। ਤੇ ਦੂਜੀ ਗੱਲ ਇਹ ਵੀ ਸਮਝ ਆ ਗਈ ਭਈ ਬੰਦਾ ਤਾਂ ਕਾਰਬਨ ਡਾਈਆਕਸਾਈਡ ਛੱਡਦਾ ਹੀ ਆ, ਜਿਹੜਾ ਤੇਲ ਸੜਦਾ ਆ, ਅੱਗ ਲੱਗਦੀ, ਧੂੰਆਂ, ਉਹਦੇ ਰਾਹੀਂ ਵੀ ਕਾਰਬਨ ਡਾਈਆਕਸਾਈਡ ਜਿਹੜੀ ਇੰਨੀਆਂ ਖੋਜਾਂ ਹੋ ਗਈਆਂ। ਹੁਣ ਜਿਹੜਾ ਜਿਹੜਾ ਬੰਦਾ ਆਕਸੀਜਨ ਨੂੰ ਖਤਮ ਕਰਨ ਦਾ ਕੰਮ ਕਰ ਰਿਹਾ ਆ ਤੇ ਕਾਰਬਨ ਡਾਈਆਕਸਾਈਡ ਵਧਾਉਣ ਦਾ ਕੰਮ ਕਰ ਰਿਹਾ ਆ, ਉਹ ਕਹਾਂਗੇ ਆਪਾਂ ਵੀ ਇਹ ਭਾਈ ਕੁਦਰਤ ਦੇ ਨਿਯਮ ਦੇ ਉਲਟ ਕਰ ਰਿਹਾ ਆ। ਜਿਹੜੀ ਧਰਤੀ ਆ, ਧਰਤੀ ਦੇ ਵਿੱਚ ਸਾਇੰਸ ਨੇ ਖੋਜ ਕਰਕੇ ਸਾਬਤ ਕਰ ਦਿੱਤਾ ਵੀ ਜਿਹੜੇ ਇਹ ਕੈਮੀਕਲ ਆ ਨਾ ਇਹ ਸਿੱਧੇ ਧਰਤੀ ਦੇ ਵਿੱਚ ਜਾਣਗੇ ਤੇ ਪ੍ਰਦੂਸ਼ਣ ਫੈਲਾਉਣਗੇ। ਹੁਣ ਕੌਂਕ੍ਰੀਟ ਦੇ ਨਾਲ ਮਿਲਿਓ ਕਿੰਨੇ ਕੈਮੀਕਲ ਆ, ਸਮਿੰਟ ਦੇ ਨਾਲ ਆ, ਕਿੰਨਾ ਕੁਛ ਆ ਇਹਨਾਂ ਮੁਲਕਾਂ ਦੇ ਵਿੱਚ ਜਿਹੜਾ ਪ੍ਰਦੂਸ਼ਣ ਫੈਲਾਉਣੇ ਵਾਲਾ, ਜਿਹੜਾ ਪਤਾ ਨਾ ਵੀ ਸਾੜਿਆ ਨਹੀਂ ਜਾ ਸਕਦਾ, ਜਿਹੜਾ ਸਾੜਨ ਦੇ ਨਾਲ ਕਾਰਬਨ ਡਾਈਆਕਸਾਈਡ ਵਧਾਊਗਾ, ਉਹਨੂੰ ਕੌਂਕ੍ਰੀਟ ਦੇ ਵਿੱਚ ਕਰਕੇ ਤੇ ਬਿਲਡਿੰਗਾਂ ਚ ਪਾ ਰਹੇ ਹੋ, ਹਜ਼ਾਰ ਸਾਲ ਖੜੀ ਰਹਿਣੀ ਬਿਲਡਿੰਗ। ਹੁਣ ਟਾਇਰ ਆ ਇੱਥੇ, ਟਾਇਰ ਸਾੜਨੇ ਕਿੰਨੇ ਔਖੇ ਆ, ਗਲਣੇ ਹੈ ਨਹੀਂ ਕਿਤੇ, ਉਹ ਕੌਂਕ੍ਰੀਟ ਦੇ ਵੱਡੇ ਵੱਡੇ ਬਲੋਕ ਬਣਦੇ ਉਹਦੇ ਵਿੱਚ ਟਾਇਰ ਪਾ ਦਿੱਤੇ ਜਾਂਦੇ, ਸ਼ੀਸ਼ਾ ਆ, ਮਤਲਬ ਉਹ ਜਿੰਨੀ ਜਿਹੜੇ ਮਨੁੱਖੀ ਜੀਵਨ ਜੀਣ ਦੇ ਲਈ ਜ਼ਰੂਰੀ ਤੱਤ ਆ ਉਹ ਪੈਦਾ ਕੀਤੇ ਜਾ ਰਹੇ, ਜਿਹੜੇ ਉਹਦੇ ਰਾਹ ਚ ਰੁਕਾਵਟਾਂ ਦੂਰ ਕੀਤੀਆਂ ਜਾ ਰਹੀਆਂ ਆ। ਔਰ ਜਿੰਨੀ ਖੋਜ ਹੋ ਗਈ, ਕਿਸੇ ਟਾਈਮ ਹਾਰਟ ਦੇ ਬਾਰੇ, ਉਹਦੀ ਰਿਪਲੇਸਮੈਂਟ ਬਾਰੇ ਨਹੀਂ ਸੀ ਪਤਾ, ਕਿਡਨੀ ਬਾਰੇ ਨਹੀਂ ਸੀ ਪਤਾ, ਉਹਦੇ ਬਾਰੇ ਇੱਦਾਂ ਕਿਹਾ ਜਾਂਦਾ ਸੀ ਵੀ ਇਹ ਭੇਦ ਆ ਜੀ ਇਹ, ਪਰ ਹੁਣ ਜਾਣ ਲਿਆ। ਜਿਹੜੀ ਕੋਮਨ ਸੈਂਸ ਆ, ਜਿਹੜਾ ਬੰਦੇ ਦਾ ਦਿਮਾਗ ਆ, ਉਹਦੇ ਵਿੱਚ ਅਸੀਮ ਸ਼ਕਤੀ ਰੱਖੀ ਹੋ ਆ ਜਿੰਨਾ ਕੁ ਮੈਨੂੰ ਪਤਾ ਆ। ਪਰ ਮੈਨੂੰ ਲੱਗਦਾ ਵੀ ਜੇ ਇਹਨਾਂ ਗੱਲਾਂ ਦੇ ਜਵਾਬ ਭਾਈ ਰਣਜੀਤ ਸਿੰਘ ਦੇਣਗੇ ਤੇ ਬਹੁਤ ਵਧੀਆ ਦੇਣਗੇ, ਜਾਣੀ ਸਾਨੂੰ ਪੂਰਾ ਭਰੋਸਾ ਆ। ਮੈਨੂੰ ਹਾਂ ਨਹੀਂ ਦੇਣ ਜਵਾਬ, ਮੈਂ ਤੇ ਉਹਨਾਂ ਨੂੰ ਇੱਕ ਸਿੰਪਲ ਸਵਾਲ ਕੀਤਾ, ਉਸ ਹਿਸਾਬ ਨਾਲ ਤੱਕ ਪਹੁੰਚਿਆ ਵੀ ਨਾ ਹੋਏ, ਇਸ ਕਰਕੇ ਉਹਨਾਂ ਨੇ ਜਵਾਬ ਨਾ ਦਿੱਤਾ ਹੋਏ। ਐਸੀ ਗੱਲ ਵੀ ਨਹੀਂ, ਕਈ ਵਾਰੀ ਬੰਦੇ ਨੂੰ ਪਤਾ ਨਹੀਂ ਹੁੰਦਾ ਕਿ ਸਾਨੂੰ ਕੋਈ ਕਾਮ ਜਿਹਾ ਬੰਦਾ ਕੋਈ ਗੱਲ ਪੁੱਛ ਰਿਹਾ। ਉਹ ਤਾਂ ਠੀਕ ਆ, ਪਰ ਜਾਣੀ ਨਾ ਤੁਹਾਡੇ ਬਾਰੇ ਮੈਂ ਇੱਦਾਂ ਨਹੀਂ ਹੈਗਾ, ਤੁਸੀਂ ਪਹਿਲਾਂ ਵੀ ਜਦੋਂ ਨਾ ਗੁਰੂ ਵਾਲੀ ਗੱਲ ਹੋਈ ਉਹਦੇ ਉੱਤੇ ਵੀ ਸਾਡੀ ਗੱਲ ਤੇ ਟਿੱਪਣੀ ਕੀਤੀ ਸੀ ਤੁਸੀਂ, ਉਹਦੇ ਉੱਤੇ ਜਿੰਨੇ ਵੀ ਵਿਦਵਾਨਾਂ ਨੇ ਕੀਤੀ ਨਾ ਅਸੀਂ ਹੈਰਾਨ ਰਹਿ ਗਏ ਵੀ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੁਰੂ ਸ਼ਬਦ ਵਾਲੀਆਂ ਪੰਕਤੀਆਂ ਲੈ ਕੇ ਉਹਨਾਂ ਨੂੰ ਦੇਹ ਗੁਰੂ ਦੇ ਨਾਲ ਜੋੜ ਦਿੱਤਾ ਸਾਰੀਆਂ ਨੂੰ, ਜਦਕਿ ਗੁਰੂ ਤੇ ਸਤਿਗੁਰੂ ਸ਼ਬਦ ਦਸਾਂ ਗੁਰੂਆਂ ਤੋਂ ਪਹਿਲਾਂ ਵੀ ਆ ਰਿਹਾ ਯਾਰ। ਦੇਖੋ ਵੀਰ ਜੀ, ਮੈਂ ਤੁਹਾਨੂੰ ਇੱਕ ਗੱਲ ਕਹਿੰਦਾ, ਅਸੀਂ ਕਈ ਵਾਰੀ ਕਿਸੇ ਤੱਤ ਨੂੰ ਜਾਂ ਕਿਸੇ ਤੱਥ ਨੂੰ ਜਾਂ ਕਿਸੇ ਵਿਚਾਰ ਨੂੰ ਦੇਖਦੇ ਹਾਂ ਨਾ, ਹਾਂਜੀ, ਤੇ ਹੁਣ ਫੋਰ ਐਗਜ਼ਾਮਪਲ ਤੁਸੀਂ ਮੇਰੇ ਸਾਹਮਣੇ ਖੜੇ ਹੋ, ਮੈਂ ਤੁਹਾਡਾ ਚਿਹਰਾ ਦੇਖ ਰਿਹਾ, ਠੀਕ ਹੈ, ਲੇਕਿਨ ਮੈਂ ਜੇ ਤੁਹਾਨੂੰ ਤੁਹਾਡਾ ਰਾਈਟ ਸਾਈਡ ਦੇਖਣਾ ਚਾਹੁੰਦਾ ਤੇ ਮੈਨੂੰ ਤੁਹਾਡੇ ਰਾਈਟ ਸਾਈਡ ਜਾਣਾ ਪਏਗਾ, ਜੇ ਮੈਂ ਤੁਹਾਨੂੰ ਪਿੱਛੋਂ ਦੀ ਦੇਖਣਾ ਚਾਹੁੰਦਾ ਤੇ ਮੈਨੂੰ ਤੁਹਾਨੂੰ ਪਿੱਛੇ ਜਾਣਾ ਪਏਗਾ, ਜੇ ਮੈਂ ਤੁਹਾਨੂੰ ਲੈਫਟ ਨੂੰ ਦੇਖਣਾ ਚਾਹੁੰਦਾ ਤੇ ਲੈਫਟ ਜਾਣਾ ਪਏਗਾ। ਇੱਦਾਂ ਹੀ ਕਿਸੇ ਵਿਚਾਰ ਨੂੰ ਸਮਝਣ ਵਾਸਤੇ ਨਾ ਉਸਦੀ ਪ੍ਰੇਕਰਨਾ ਕਰਨੀ ਜ਼ਰੂਰੀ ਹੁੰਦੀ ਹੈ, ਠੀਕ ਹੈ, ਇੱਕ ਵਿਚਾਰ ਆਇਆ ਉਹਨੂੰ ਸਿੱਧਾ ਇੱਕ ਹਿੱਟ ਇੱਕ ਨਜ਼ਰੀਏ ਤੋਂ ਦੇਖ ਲਿਆ, ਉਹ ਗੱਲ ਪੂਰੀ ਨਹੀਂ ਬਣ ਗਈ। ਜਿਹੜੀ ਆਹ ਤੁਸੀਂ ਫਿਲੋਸਫੀ ਦੇ ਰਹੇ ਆ ਉਹਦੀ ਬਜਾਏ ਮੈਂ ਤਾਂ ਇਹ ਗੱਲ ਕਰਦਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੱਥੇ ਵੀ ਗੁਰੂ ਜਾਂ ਸਤਿਗੁਰੂ ਸ਼ਬਦ ਆਇਆ, ਜਦਕਿ ਉਹ ਸ਼ਬਦ ਗੁਰੂ ਨਾਨਕ ਪਾਤਸ਼ਾਹ ਦੇ ਧਰਤੀ ਤੇ ਜਨਮ ਲੈਣ ਤੋਂ ਪਹਿਲਾਂ ਵੀ ਸੀਗੇ, ਫਿਰ ਵੀ ਉਹਨਾਂ ਸ਼ਬਦਾਂ ਨੂੰ ਦਸਾਂ ਗੁਰੂਆਂ ਦੇ ਨਾਲ ਜੋੜ ਕੇ ਦੇਖ ਦਿੱਤਾ ਗਿਆ ਯਾਰ, ਕਿੰਨੀ ਹੈਰਾਨੀ ਦੀ ਗੱਲ ਆ, ਮੈਂ ਤਾਂ ਇਹ ਗੱਲ ਕਰਦਾ। ਨਹੀਂ ਦੇਖੋ ਦੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦਾਂ ਦੀ ਹੈ ਨਾ, ਸ਼ਬਦ ਜਿਹੜੇ ਹੁੰਦੇ ਨਾ ਵੀਰ ਜੀ, ਸ਼ਬਦ ਨੂੰ ਤੁਸੀਂ ਕੰਪਾਰਟਮੈਂਟ ਦੇ ਵਿੱਚ ਨਹੀਂ ਫਿਕਸ ਕਰ ਸਕਦੇ ਵੀ ਇਹ ਕੰਪਾਰਟਮੈਂਟਲਾਈਜੇਸ਼ਨ ਕਰਤੀ ਸ਼ਬਦ ਦੀ, ਹੁਣ ਕਿਸੇ ਲਈ ਵਰਤਿਆ ਨਹੀਂ ਜਾ ਸਕਦਾ। ਨਹੀਂ ਨਹੀਂ, ਗੁਰੂ ਸਾਹਿਬ ਨੇ ਤੇ ਉਹ ਨੀ ਗੱਲ, ਮੈਂ ਤਾਂ ਗੱਲ ਕਰਦਾ ਉਹ ਪੰਕਤੀ ਆਉਂਦੀ ਆ ਭਈ ਬਾਜ ਗੁਰੂ ਡੁੱਬਾ ਸੰਸਾਰ, ਤੇ ਉਹਨੂੰ ਵੀ ਸਾਡੇ ਵਿਦਵਾਨ ਕਹੀ ਜਾਂਦੇ ਆ ਵੀ ਦੇਖੋ ਜੀ ਗੁਰੂ ਗ੍ਰੰਥ ਸਾਹਿਬ ਇੰਨੀ ਵਡਿਆਈ ਕਰਦੇ ਗੁਰੂ ਦੀ, ਤੇ ਇਹ ਕਹੀ ਜਾਂਦੇ ਗੁਰੂ ਗਲਤੀਆਂ ਕਰਦਾ ਆ।
ਦੇਖੋ ਮੈਂ ਇਹ ਕਹਿੰਦਾ ਪਹਿਲੀ ਗੱਲ ਤਾਂ ਇਹ ਜਿਹੜੀ ਗੱਲ ਤੁਸੀਂ ਪਹਿਲੇ ਕੀਤੀ ਦੇਹ ਦੀ ਤੁਸੀਂ ਗੱਲ ਕੀਤੀ ਹਾਂਜੀ ਠੀਕ ਹੈ ਨਾ ਹੁਣ ਇੱਕ ਮੈਂ ਆਡੀਓ ਸੁਣ ਰਿਹਾ ਸੀਗਾ ਹਾਂਜੀ ਆਡੀਓ ਸੀਗਾ ਕੀ ਸੀਗਾ ਧੂੰਆ ਸਾਹਿਬ ਦੀ ਕਿਸੇ ਪ੍ਰਚਾਰਕ ਦੀ ਆਡੀਓ ਸੀਗਾ ਹਾਂਜੀ ਉਹ ਐਗਜ਼ਾਮਪਲ ਦੇ ਰਹੀ ਸੀ ਕਿ ਬੱਚੋ ਕਿਸੇ ਬੱਚਿਆਂ ਦੀ ਕਲਾਸ ਨੂੰ ਪੜ੍ਹਾ ਰਹੇ ਨੇ ਕਹਿੰਦੇ ਨੇ ਵੀ ਤੁਸੀਂ ਇੱਥੇ ਬੈਠੇ ਹੋ ਤੇ ਤੁਹਾਡਾ ਮਨ ਜਿਹੜਾ ਉਹ ਬਾਹਰ ਆ ਸੁਰਤ ਬਾਹਰ ਆ ਕਿਆ ਤੁਸੀਂ ਕਲਾਸ ਹੀ ਸਮਝੇ ਜਾ ਸਕਦੇ ਹੋ ਏਦਾਂ ਦੀ ਕੋਈ ਗੱਲ ਕਰ ਰਹੀ ਸੀ ਹਾਂਜੀ ਹੁਣ ਗੱਲ ਦੇਖੋ ਇੱਕ ਬੰਦਾ ਇੱਕ ਬੱਚਾ ਕਲਾਸ ਵਿੱਚ ਬੈਠਾ ਉਹਦੇ ਲਈ ਜਿਹੜੀ ਉਹਦੀ ਸੁਰਤ ਹੈ ਉਹ ਫੁੱਟਬਾਲ ਦੇ ਮੈਦਾਨ ਵਿੱਚ ਹੈ ਉਹ ਫੁੱਟਬਾਲ ਖੇਡਦਾ ਉਹ ਬੱਚੇ ਟੀਚਰ ਦੀ ਗੱਲ ਨੀ ਸੁਣ ਰਿਹਾ ਲੇਕਿਨ ਉਹਦੀ ਸੁਰਤ ਜਿਹੜੀ ਹੈ ਉਹ ਫੁੱਟਬਾਲ ਦੇ ਮੈਦਾਨ ਵਿੱਚ ਹੈ ਹਾਂਜੀ ਅਸੀਂ ਇਹਨੂੰ ਕਹਿ ਸਕਦੇ ਹਾਂ ਕਿ ਦੇਖੋ ਇਹਦੀ ਸੁਰਤ ਜਿਹੜੀ ਆ ਉਹ ਇਸ ਲਈ ਇੱਥੇ ਨਹੀਂ ਹੈ ਇਹ ਫੁੱਟਬਾਲ ਦੇ ਮੈਦਾਨ ਵਿੱਚ ਲੇਕਿਨ ਕਿਆ ਉਹ ਸੁਰਤ ਰਾਹੀਂ ਫੁੱਟਬਾਲ ਦੇ ਮੈਦਾਨ ਵਿੱਚ ਜ਼ਰੂਰ ਗਿਆ ਲੇਕਿਨ ਕਿਆ ਉੱਥੇ ਫੁੱਟਬਾਲ ਖੇਡ ਪਾ ਰਿਹਾ ਮੈਂ ਹਾਂ ਗੱਲ ਉਦਾਂ ਉਹਨਾਂ ਤੋਂ ਸੁਣੀ ਵੀ ਨਹੀਂ ਕਲਾਸ ਵਿੱਚ ਬੈਠਾ ਹਾਂ ਪਰ ਜੇ ਤੁਸੀਂ ਬੈਠਾ ਹਾਂ ਜੇ ਤੁਸੀਂ ਬੈਠੇ ਹੋ ਜਿਹੜੀ ਹੈ ਮੇਰੀ ਸੁਰਤ ਫੁੱਟਬਾਲ ਦੇ ਮੈਦਾਨ ਹੀ ਚਲੀ ਹੈ ਪਰ ਜੇ ਨਹੀਂ ਨਹੀਂ ਹੁਣ ਤੁਸੀਂ ਸੁਰਤ ਜਿਹੜੀ ਹੈ ਫੁੱਟਬਾਲ ਦੇ ਨਹੀਂ ਨਹੀਂ ਹੁਣ ਜੇ ਤੁਸੀਂ ਤੁਹਾਡੀ ਸੁਰਤ ਗਈ ਆ ਮੈਨੂੰ ਕਿੱਦਾਂ ਪਤਾ ਲੱਗ ਗਿਆ ਤੁਹਾਡੀ ਸੁਰਤ ਉੱਥੇ ਗਈ ਆ ਨਹੀਂ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਐਗਜ਼ਾਮਪਲ ਦੇ ਰਿਹਾ ਕਿਉਂਕਿ ਫੋਰ ਐਗਜ਼ਾਮਪਲ ਮੈਂ ਇੱਥੇ ਬੈਠਾ ਮੇਰੀ ਮੈਂ ਕਿਸੇ ਕਲਾਸ ਵਿੱਚ ਬੈਠਾ ਮੇਰੀ ਸੁਰਤ ਫੁੱਟਬਾਲ ਦੇ ਮੈਦਾਨ ਹੀ ਚਲੀ ਗਈ ਟੀਚਰ ਵੱਲ ਨੀ ਮੇਰੀ ਸੁਰਤ ਗਈ ਮੇਰੀ ਚਲੀ ਗਈ ਫੁੱਟਬਾਲ ਦੇ ਮੈਦਾਨ ਵਿੱਚ ਹੁਣ ਮੇਰੀ ਸੁਰਤ ਫੁੱਟਬਾਲ ਦੇ ਮੈਦਾਨ ਹੀ ਚਲੀ ਗਈ ਅਗਰ ਮੇਰੀ ਸੁਰਤ ਸਭ ਕੁਝ ਹੈ ਤੇ ਕਿਆ ਮੈਂ ਮੇਰੀ ਸੁਰਤ ਫੁੱਟਬਾਲ ਦੇ ਮੈਦਾਨ ਦੇ ਵਿੱਚ ਉਹ ਖੇਡ ਖੇਡ ਸਕਦੀ ਜਦ ਤੱਕ ਮੇਰਾ ਸਰੀਰ ਉੱਥੇ ਨਾ ਪੁੱਜੇ ਨਹੀਂ ਨਹੀਂ ਖੇਡ ਤਾਂ ਨਹੀਂ ਸਕਦੀ ਪਰ ਗੱਲ ਇਹ ਆ ਜਿੱਥੇ ਤੁਸੀਂ ਹੈਗੇ ਆ ਨਾ ਜੇ ਸੁਰਤ ਉੱਥੋਂ ਗੈਰ ਹਾਜ਼ਰੇ ਆ ਤੁਹਾਡੀ ਮੈਂ ਗੱਲ ਕੰਪਲੀਟ ਕਰਨਾ ਹਾਂਜੀ ਜਿਹੜੇ ਜਿਹੜੇ ਫੁੱਟਬਾਲ ਖੇਡਣ ਦੇ ਦੋ ਪੇਚ ਨਾ ਜਿਹੜਾ ਉਹਦਾ ਜਿਹੜੀ ਉਹਦੀ ਕਲਾ ਹਾਂਜੀ ਉਹ ਤਦ ਤੱਕ ਨਹੀਂ ਪ੍ਰਵਾਨ ਚੱਲ ਸਕਦੀ ਜਦ ਤੱਕ ਮੇਰਾ ਸਰੀਰ ਫੁੱਟਬਾਲ ਦੀ ਗਰਾਊਂਡ 'ਚ ਨਾ ਪਹੁੰਚੇ ਮੇਰਾ ਵਿਵਹਾਰਿਕ ਰੂਪ ਜਦ ਤੱਕ ਮੇਰੀ ਸੁਰਤ ਨਾਲ ਨਾ ਜੁੜੇ ਤੇ ਮੈਂ ਇੱਕ ਅੱਛਾ ਚੇਲਾ ਨਹੀਂ ਕੋਚ ਦਾ ਹੋ ਸਕਦਾ ਪਹਿਲਾਂ ਤੁਸੀਂ ਗੱਲ ਪੂਰੀ ਕਰ ਲਓ ਫਿਰ ਮੈਂ ਟਿੱਪਣੀ ਕਰਦਾ ਫਿਰ ਤੁਸੀਂ ਮੈਨੂੰ ਦੱਸਿਓ ਵੀ ਇਹ ਗੱਲ ਆਈ ਕਿੱਥੋਂ ਅੱਛਾ ਹਾਂਜੀ ਠੀਕ ਹੈ ਨਾ ਹਾਂਜੀ ਇਸ ਕਰਕੇ ਦੇ ਔਰ ਸੁਰਤ ਦੀ ਜਿਹੜੀ ਇੰਪੋਰਟੈਂਸ ਹੈ ਹਾਂਜੀ ਜਦ ਤੱਕ ਅਸੀਂ ਉਹਨੂੰ ਨਹੀਂ ਸਮਝਦੇ ਤਦ ਤੱਕ ਸਾਨੂੰ ਗੁਰੂ ਦਾ ਕਨਸੈਪਟ ਸਮਝ ਨਹੀਂ ਆ ਸਕਦਾ ਨਹੀਂ ਨਹੀਂ ਉਹ ਤਾਂ ਦੇਹ ਨੇ ਤਾਂ ਪ੍ਰਗਟ ਕਰਨਾ ਨਾ ਜਿਹੜੀ ਤੁਸੀਂ ਜਿਹੜੀ ਗੱਲ ਕਰ ਦਿੱਤੀ ਆ ਵੀ ਜੇ ਬੱਚਾ ਇੱਕ ਕਲਾਸ ਵਿੱਚ ਬੈਠਾ ਉਹਦੀ ਸੁਰਤ ਹੈਗੀ ਫੁੱਟਬਾਲ ਦੀ ਗਰਾਊਂਡ ਵਿੱਚ ਇਹ ਤਾਂ ਮੰਨ ਲਿਆ ਵੀ ਉਹ ਉੱਥੇ ਫੁੱਟਬਾਲ ਖੇਡ ਨਹੀਂ ਸਕਦਾ ਪਰ ਇਹ ਵੀ ਮੰਨਣਾ ਪੈਣਾ ਵੀ ਉਹ ਪੜ੍ਹ ਵੀ ਨਹੀਂ ਸਕਦਾ ਜਿਹੜਾ ਪੜ੍ਹਨਾ ਹੈ ਨਾ ਟੀਚਰ ਦੇ ਕੋਲ ਬੈਠ ਕੇ ਉਹ ਸੁਰਤ ਨੇ ਪੜ੍ਹਨਾ ਆ ਬਿਲਕੁਲ ਹੁਣ ਇੱਦਾਂ ਦੇ ਸੰਬੰਧ ਹੋ ਗਿਆ ਨਾ ਇੱਦਾਂ ਦੇ ਉਹ ਤਾਂ ਸੰਬੰਧ ਹੋ ਗਿਆ ਨਾ ਸੁਰਤ ਦਾ ਤੇ ਦੇਹ ਦਾ ਉਹ ਤਾਂ ਹੋਊਗਾ ਹੀ ਉਹ ਤਾਂ ਹੋਊਗਾ ਪਰ ਗੱਲ ਸਵਾਲ ਇਹ ਆ ਫਿਰ ਆਪਾਂ ਇਹ ਕਹੀਏ ਕਿ ਗੁਰੂ ਸਾਹਿਬ ਦੀ ਜਿਹੜੀ ਹੋਂਦ ਹੋਈ ਹੈ ਉਹ ਬੇਜ਼ਰੂਰ ਸੀਗੀ ਇਹ ਤਾਂ ਕੋਈ ਮਤਲਬ ਨਹੀਂ ਬਣਿਆ ਨਾ ਨਹੀਂ ਨਹੀਂ ਉਹ ਤਾਂ ਇਸ ਕਰਕੇ ਕਹੀ ਜਾ ਰਹੀ ਆ ਵੀ ਜਿਹੜੀ ਦੇਹ ਆ ਨਾ ਦੇਹ ਦੀ ਪੂਜਾ ਕੀਤੀ ਜਾ ਰਹੀ ਸੀ ਦੇਖੋ ਪੂਜਾ ਤੇ ਦੇਖੋ ਰੱਬ ਦੀ ਵੀ ਹੋ ਰਹੀ ਆ ਉਹ ਫਿਰ ਗਲਤ ਉਹ ਤਾਂ ਗਲਤ ਉਹੀ ਉਹਦੇ ਉੱਤੇ ਤਾਂ ਸੀਗਾ ਨਾ ਵੀ ਗੱਲ ਇਹ ਆ ਵੀ ਜਿਹੜਾ ਰੱਬ ਆ ਜਿਹੜਾ ਗੁਰੂ ਆ ਉਹ ਗਿਆਨ ਦੇ ਰੂਪ ਵਿੱਚ ਆ ਤੇ ਬੈਠਣਾ ਉਹਨਾਂ ਕੇ ਸੁਰਤ ਦੇ ਵਿੱਚ ਆ ਦੇਹ ਜਿਹੜੀ ਆ ਦੇਹ ਉਨਾ ਚਿਰ ਆ ਜਿੰਨਾ ਚਿਰ ਸੁਰਤ ਦੇ ਰਾਹੀਂ ਉਹਦੇ ਦਿਮਾਗ ਦੇ ਰਾਹੀਂ ਉਹੀ ਗਿਆਨ ਆ ਰਿਹਾ ਦੇਖੋ ਇੱਕ ਮੈਥ ਦਾ ਟੀਚਰ ਤੁਹਾਡੇ ਬੱਚੇ ਨੂੰ ਟਿਊਸ਼ਨ ਪੜ੍ਹਾ ਰਿਹਾ ਇੱਕ ਮੈਥ ਦਾ ਟੀਚਰ ਤੁਸੀਂ ਉਹਦੇ ਕੋਲ ਰੋਜ਼ ਬੱਚੇ ਨੂੰ ਭੇਜਦੇ ਪੜ੍ਹਨ ਪਰ ਜਿੱਦਣ ਤੁਹਾਨੂੰ ਇਹ ਪਤਾ ਲੱਗ ਗਿਆ ਨਾ ਵੀ ਇਹ ਬੰਦਾ ਦਿਮਾਗ ਵਿੱਚ ਇਹਦੇ ਫਰਕ ਪੈ ਗਿਆ ਇਹਨੂੰ ਲੱਗ ਗਿਆ ਸਦਮਾ ਇਹ ਬੰਦਾ 24 ਘੰਟੇ ਨਸ਼ੇ 'ਚ ਰਹਿਣ ਲੱਗ ਪਿਆ ਤੇ ਤੁਸੀਂ ਬੱਚੇ ਨੂੰ ਉੱਥੋਂ ਰੋਕ ਦਿੰਦੇ ਹੋ ਵੀ ਨਹੀਂ ਜਾਣਾ ਦੂਜੇ ਪਾਸੇ ਇੱਕ ਟੀਚਰ ਆ ਜਿਹਦਾ ਐਕਸੀਡੈਂਟ ਹੋ ਕੇ ਦੋਏ ਲੱਤਾਂ ਟੁੱਟ ਗਈਆਂ ਉਹਦਾ ਅੱਧਾ ਸਰੀਰ ਰਹਿ ਗਿਆ ਪਰ ਉਹਦੇ ਬਾਵਜੂਦ ਵੀ ਮੈਥ ਦੀ ਟਿਊਸ਼ਨ ਪੜ੍ਹਾਈ ਜਾ ਰਿਹਾ ਹੋ ਹੁਣ ਉਸ ਵੇਲੇ ਸਵਾਲ ਖੜਾ ਹੁੰਦਾ ਵੀ ਜਿਹੜਾ ਟੀਚਰ ਸੀ ਉਹ ਦੇਹ ਸੀ ਜਾਂ ਉਹਦਾ ਦਿਮਾਗ ਸੀ ਜਿਹਦੇ ਵਿੱਚੋਂ ਇਹ ਸਵਾਲ ਖੜਾ ਹੋਇਆ ਵੈਸੇ ਵੀ ਇੰਨੀ ਬਰੀਕੀ ਚ ਜਾਣ ਦੀ ਗੱਲ ਤਾਂ ਇਹ ਹੈ ਵੀ ਦੇਹ ਦੀ ਪੂਜਾ ਤਾਂ ਬ੍ਰਾਹਮਣ ਕਰਾਉਣੀ ਚਾਹੁੰਦਾ ਹੀ ਆ ਤਾਂ ਹੀ ਤਾਂ ਉਹਨੂੰ ਮੂਰਤਾਂ ਲਿਆ ਕੇ ਖੜੀਆਂ ਕਰ ਦਿੱਤੀਆਂ ਤਾਂ ਹੀ ਤਾਂ ਬੁੱਤ ਖੜੇ ਕਰ ਦਿੱਤੇ ਨਹੀਂ ਦੇਖੋ ਦੇਹ ਦੀ ਅਸੀਂ ਗੁਰੂ ਸਾਹਿਬ ਦੀ ਪੂਜਾ ਨਹੀਂ ਕਰਦੇ ਹਾਂਜੀ
ਜੇ ਕੋਈ ਕਰਦਾ ਨਾ, ਜੇ ਕੋਈ ਕਰਦਾ ਉਹ ਇੱਕ ਸਾਡਾ ਸਿਧਾਂਤ ਨਹੀਂ ਹੈ। ਹੁਣ ਜੇ ਕੋਈ ਕਰਨ ਲੱਗਾ ਨਹੀਂ ਉੱਥੋਂ ਹੀ ਰੋਕਣ ਦਾ ਸੀ, ਅਸੀਂ ਗੁਰੂ ਨੂੰ ਛੱਡ ਦਈਏ ਉਹ ਗੱਲ ਬਣਦੀ ਨਹੀਂ। ਨਹੀਂ ਗੁਰੂ ਨੂੰ ਨੀ, ਗੱਲ ਇਹ ਆ ਵੀ ਸਾਡੇ ਤੱਕ ਗੁਰੂ ਸ਼ਬਦ ਕਿੱਦਾਂ ਆਇਆ ਇਹਦੇ ਬਾਰੇ ਅਸੀਂ, ਸਾਡੀ ਤਾਂ ਡਿਸਕਸ਼ਨ ਇਹ ਸੀ ਨਾ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਕਿਹਾ ਆ ਉਹ ਗੁਰੂ ਦਸਾਂ ਲਈ ਥੋੜੋ ਕਿਹਾ ਆ, ਨਹੀਂ ਉਹਨਾਂ ਵਾਸਤੇ ਵੀ ਕਿਹਾ ਗਿਆ, ਕਿੱਥੇ ਪਰਮਾਤਮਾ ਵਾਸਤੇ ਵੀ ਕਿਹਾ ਗਿਆ, ਹਵਾ ਵਾਸਤੇ ਵੀ ਕਿਹਾ ਗਿਆ, ਨਹੀਂ ਗੁਰੂ ਤੇ ਕਿਹਾ ਗਿਆ ਨਹੀਂ, ਮਤਲਬ ਇੱਕ ਮਿੰਟ ਜਿਹੜਾ ਜਿਹੜੀ ਗੱਲ ਆਉਂਦੀ ਬਾਜ ਗੁਰੂ ਡੁੱਬਾ ਸੰਸਾਰ ਉਹ ਹਵਾ ਤੋਂ ਬਿਨਾ ਆ ਨਹੀਂ, ਜਾਂ ਉਹ ਸੱਤਵੇਂ ਪਾਤਸ਼ਾਹ ਤੋਂ ਬਿਨਾ ਉਹ ਪਰਮਾਤਮਾ ਵਾਸਤੇ, ਗੁਰੂ ਸ਼ਬਦ ਪਰਮਾਤਮਾ ਵਾਸਤੇ ਵੀ ਵਰਤਿਆ ਗਿਆ, ਗੁਰੂ ਸ਼ਬਦ ਗੁਰੂ ਸਾਹਿਬਾਨ ਵਾਸਤੇ ਵੀ ਵਰਤਿਆ ਗਿਆ, ਆਪਾਂ ਗੁਰੂ ਸ਼ਬਦ ਉਹਨਾਂ ਵਾਸਤੇ ਹੀ ਵਰਤਿਆ ਗਿਆ ਜਿਹੜੇ ਕਿ ਜਿਹਦੇ ਵਿੱਚ ਜਿਹਨਾਂ ਬਾਰੇ ਕਿਹਾ ਗਿਆ ਕਿ ਗੁਰੂ ਜਿਨ੍ਹਾਂ ਕਾ ਅੰਦਲਾ। ਨਹੀਂ ਨਹੀਂ ਉਹ ਅਸੀਂ ਉਸ ਗੱਲ ਤੇ ਆਰਗੂ ਨਹੀਂ ਕਰਦੇ, ਅਸੀਂ ਤਾਂ ਗੱਲ ਇਹ ਕਰਦੇ ਆ ਵੀ ਸਾਡੀ ਗੱਲ ਹੋਈ ਸੀ ਸੱਤਵੇਂ ਪਾਤਸ਼ਾਹ ਬਾਰੇ ਜਦੋਂ ਰਾਮ ਰਾਜ ਦੀ ਗੱਲ ਹੋਈ ਆ ਤੇ ਪ੍ਰਿਥੀ ਚੰਦ ਦੀ ਗੱਲ ਹੋਈ ਆ, ਉਹਦੇ ਉੱਤੇ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਲਿਆ ਕੇ ਵੀ ਦੇਖੋ ਜੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਬਾਜ ਗੁਰੂ ਡੁੱਬਾ ਸੰਸਾਰ ਤੇ ਇਹ ਕਹੀ ਜਾਂਦੇ ਆ ਗੁਰੂ ਗਲਤੀਆਂ ਕਰਦਾ ਤਾਂ ਮੈਂ ਗੱਲ ਕਰਦਾ ਤੁਹਾਡੇ ਨਾਲ ਵੀ ਜਿਹੜਾ ਬਾਜ ਗੁਰੂ ਡੁੱਬਾ ਸੰਸਾਰ ਆ ਉਹ ਦਸਾਂ ਗੁਰੂਆਂ ਬਾਰੇ ਕਿਹਾ ਗਿਆ। ਮੈਨੂੰ ਇੱਕ ਚੀਜ਼ ਇਹ ਦੱਸ ਦੇਣਾ, ਮੈਂ ਪੁੱਛਣਾ ਤੁਹਾਡੇ ਕੋਲ ਇਸ ਵਿੱਚ, ਹਾਂਜੀ ਬਾਕੀ ਮਾਫ, ਅਸੀਂ ਬਈ ਆਨ 에ਅਰ ਗੱਲ ਕਰ ਰਹੇ ਹਾਂ ਨਾ ਇਸ ਲਈ। ਹਾਂ ਦੇਖੋ ਮੈਂ ਇਹ ਗੱਲ ਬਾਜ ਗੁਰੂ ਡੁੱਬਾ ਸੰਸਾਰ ਉਹ ਕਿਹਨਾਂ ਵਾਸਤੇ ਕਿਹਾ ਗਿਆ ਮੈਂ ਤੇ ਸ਼ਬਦ ਨੂੰ ਪੜਿਆ ਨਹੀਂ ਹੈ, ਪੜ ਕੇ ਤੈਨੂੰ ਤੁਹਾਨੂੰ ਜਵਾਬ ਦੇ ਸਕਦਾ ਕਿ ਕਿਹਦੇ ਵਾਸਤੇ ਕਿਹਾ ਗਿਆ, ਲੇਕਿਨ ਮੈਂ ਇੱਕ ਜਨਰਲ ਗੱਲ ਕਰ ਰਿਹਾ ਤੁਹਾਡੇ ਨਾਲ ਕਿ ਜਨਰਲ ਤੌਰ ਦੇ ਉੱਪਰ ਜਿਹੜੀ ਮੇਰੀ ਅੰਡਰਸਟੈਂਡਿੰਗ ਹੈ ਹਾਂਜੀ ਉਹ ਨਿਸ਼ਚਿਤ ਤੌਰ ਤੇ ਮੈਂ ਇਸ ਚੀਜ਼ ਉੱਪਰ ਕਰ ਰਹੀ ਸਾਂ ਕਿ ਗੁਰੂ ਸ਼ਬਦ ਜਿਹੜਾ ਉਹ ਪਰਮਾਤਮਾ ਵਾਸਤੇ ਵਰਤਿਆ ਗਿਆ, ਗੁਰੂ ਸਾਹਿਬਾਨ ਵਾਸਤੇ ਵਰਤਿਆ ਗਿਆ ਔਰ ਹੋਰ ਚੀਜ਼ਾਂ ਵਾਸਤੇ ਵਰਤਿਆ ਗਿਆ। ਨਹੀਂ ਨਹੀਂ ਉਸ ਜਿਹੜੀ ਜਿਹੜੇ ਨਾ ਗੁਰਬਾਣੀ ਦਾ ਸੰਕਲਪ ਆ ਪੂਰਾ ਸਮੁੱਚਾ ਉਹਦੇ ਉੱਤੇ ਨਹੀਂ ਅਸੀਂ ਗੱਲ ਕਰਨੀ ਚਾਹੁੰਦੇ, ਮੈਂ ਤਾਂ ਗੱਲ ਇਹ ਕਰਦਾ ਸੀਗਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀਆਂ ਪੰਕਤੀਆਂ ਜਿਹੜੇ ਸ਼ਬਦ ਦਸਾਂ ਪਾਤਸ਼ਾਹੀਆਂ ਤੋਂ ਪਹਿਲਾਂ ਦੇ ਵਰਤੇ ਗਏ ਨਾ ਉਹਨਾਂ ਸ਼ਬਦਾਂ ਨੂੰ ਸਾਡੇ ਵਿਦਵਾਨਾਂ ਨੇ ਲਿਆ ਕੇ ਦਸਾਂ ਪਾਤਸ਼ਾਹੀਆਂ ਨਾਲ ਲਾ ਕੇ ਉਹਨਾਂ ਦੇ ਨਾਲ ਸੰਬੰਧਿਤ ਕਈਆਂ ਹੋਈਆਂ ਗੱਲਾਂ ਨੂੰ, ਹੁਣ ਸਵਾਲ ਅਵੀਰ ਨੇ ਇੱਕ ਨੇ ਸਵਾਲ ਪੁੱਛਿਆ ਕਹਿੰਦੇ ਵੀ ਕੀ ਜੇ ਅਸੀਂ ਇਹ ਬਾਜ ਗੁਰੂ ਡੁੱਬਾ ਸੰਸਾਰ ਗੁਰੂ ਗ੍ਰੰਥ ਸਾਹਿਬ ਬਾਰੇ ਵੀ ਕਹਿ ਦਈਏ ਤਾਂ ਇਹ ਮੰਨ ਲਈਏ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਾਰਾ ਸੰਸਾਰ ਡੁੱਬ ਚੁੱਕਾ ਆ, ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਪੜ੍ਹਦੇ ਡੁੱਬ ਚੁੱਕੇ ਆ। ਨਹੀਂ ਨਹੀਂ ਇਹਨਾਂ ਨੂੰ ਇਹਨਾਂ ਗੱਲਾਂ ਨੂੰ ਇਸ ਤਰ੍ਹਾਂ ਨਹੀਂ ਲਈਦਾ ਜਿਸ ਤਰ੍ਹਾਂ ਉਹ ਸੋਚਦੇ ਨਾ। ਹੁਣ ਭਾਈ ਗੁਰਦਾਸ ਨੇ ਕਿਹਾ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ, ਹੁਣ ਕਈਆਂ ਨੂੰ ਤੇ ਗੁਰਾਂ ਦੇਵ ਜੀ ਦੀ ਅੰਮ ਦਾ ਪਤਾ ਹੀ ਨਹੀਂ ਯੂਰਪ ਦੇ ਵਿੱਚ। ਨਹੀਂ ਨਹੀਂ ਉਹੀ ਇਹੀ ਤਾਂ ਸਵਾਲ ਆ ਨਾ ਸਾਡੇ, ਮਿੱਟੀ ਤੋਂ ਜਗ ਚਾਨਣ ਹੋਆ, ਜਗ ਚਾਨਣ ਹੋਆ ਇਹ ਤਾਂ ਜਿਸ ਬੰਦੇ ਨੇ ਗੁਰੂ ਨਾਨਕ ਨੂੰ ਦੇਖਿਆ, ਭਾਈ ਗੁਰਦਾਸ ਜੀ ਦਾ ਮੰਤਵ ਇਹ ਕਹਿੰਦਾ ਇਹਨਾਂ ਸ਼ਬਦਾਂ ਨੂੰ ਇਸ ਰੂਪ ਚ ਲੈਣਾ ਚਾਹੀਦਾ ਕਿ ਜਿਹੜੇ ਉਹਨਾਂ ਦੇ ਸੰਪਰਕ ਚ ਆਏ ਉਹਨਾਂ ਦੇ ਵਾਸਤੇ ਇਸ ਸੰਸਾਰ ਦੇ ਵਿੱਚ ਚਾਨਣਾ ਹੋ ਗਿਆ, ਠੀਕ ਹੈ ਨਾ। ਇਹਨਾਂ ਸ਼ਬਦਾਂ ਨੂੰ ਉਸ ਰੂਪ ਚ ਲੈਣਾ ਚਾਹੀਦਾ, ਇਹਨਾਂ ਨੂੰ ਉਸ ਰੂਪ ਚ ਨੀ ਲੈਣਾ ਚਾਹੀਦਾ। ਹੁਣ ਕੋਈ ਤਰਕ ਚੁੱਕ ਲਵੇ, ਦੇਖੋ ਜੀ ਗੁਰੂ ਨਾਨਕ ਦੇਵ ਜੀ ਨੂੰ ਸਾਰੇ ਤੇ ਜਾਣਦੇ ਨੀ ਸੀ ਤੇ ਉਹ ਜਗ ਵਿੱਚ ਚਾਨਣ ਕਿਸ ਤਰ੍ਹਾਂ ਹੋ ਗਿਆ, ਅੰਧੇਰਾ ਕਿਹੜਾ ਮਿਟ ਗਿਆ। ਨਹੀਂ ਨਹੀਂ ਚਲੋ ਉਸ ਤਰ੍ਹਾਂ ਨੀ, ਉਹ ਇਹਨਾਂ ਸ਼ਬਦਾਂ ਨੂੰ ਉਸ ਤਰ੍ਹਾਂ ਨਹੀਂ ਲੈਂਦਾ। ਠੀਕ ਹੈ ਥੈਂਕ ਯੂ ਜੀ, ਮੇਰਾ ਬਸ ਆਪਾਂ ਇਦਾਂ ਕਰੀਏ, ਤੁਸੀਂ ਇੱਦਾਂ ਕਰਦੇ ਹਾਂ ਜੀ ਆਪਾਂ ਇੱਕ ਅਸੀਂ ਸਰੋਤਿਆਂ ਨੂੰ ਵੀ ਦੱਸਣਾ ਚਾਹੁੰਦੇ ਹਾਂ ਵੀ ਹੁਣ ਤੱਕ ਨਾ ਜਿੰਨੇ ਵੀ ਅਸੀਂ ਵਿਦਵਾਨਾਂ ਨਾਲ ਗੱਲ ਕੀਤੀ ਆ ਵੀ ਉਹਦੇ ਵਿੱਚੋਂ ਇੱਕ ਚੀਜ਼ ਬਹੁਤ ਵਧੀਆ ਹੋਈ ਆ ਤੁਹਾਡੇ ਨਾਲ ਗੱਲ ਕਰਦਿਆਂ ਤੇ ਵੀ ਇੱਦਾਂ ਇੱਕ ਦੂਜੇ ਦੀ ਗੱਲ ਸੁਣੀ ਜਾ ਰਹੀ ਆ, ਨਹੀਂ ਤਾਂ ਪਹਿਲਾਂ ਜਿੰਨੇ ਕੁ ਵੀ ਆਏ ਆ ਅਸੀਂ ਬਹੁਤਿਆਂ ਨਾਲ ਗੱਲ ਕਰਕੇ ਦੇਖਿਓ ਇੱਦਾਂ ਵੀ ਆਪਣੀ ਗੱਲ ਕਹੀ ਜਾਂਦੇ ਸੁਣਦੇ ਨਹੀਂ ਗੱਲ ਤੇ ਹੁਣ ਅਸੀਂ ਕੋਸ਼ਿਸ਼ ਇੱਦਾਂ ਕਰਾਂਗੇ ਵੀ ਗਾਹਾਂ ਤੋਂ ਜਦੋਂ ਵੀ ਸਾਡੇ ਸਾਹਮਣੇ ਤੁਹਾਡਾ ਕੋਈ ਲਿਖਿਆ ਹੋਇਆ ਆਰਟੀਕਲ ਕੋਈ ਇੱਦਾਂ ਦੀ ਗੱਲ ਆਈ ਤੇ ਅਸੀਂ ਜ਼ਰੂਰ ਤੁਹਾਡੇ ਨਾਲ ਸੰਪਰਕ ਕਰਕੇ ਔਨ 에ਅਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ। ਬਾਕੀ ਇਹ ਵੀ ਅਸੀਂ ਆਸ ਕਰਦੇ ਹਾਂ ਹੁਣ 2019 ਦੀ ਵਿਸਾਖੀ ਤੋਂ ਬਾਅਦ ਉਹ ਭਾਈ ਰਣਜੀਤ ਸਿੰਘ ਹੁਣੀ ਕਹਿੰਦੇ ਆ ਵੀ ਉਹ ਜਿੱਦਾਂ ਜਿੱਦਾਂ ਸਵਾਲਾਂ ਦੇ ਜਵਾਬ ਜਿਹੜੇ ਆ ਇਹ ਗੱਲਾਂ ਹੋਰ ਕਿਉਂਕਿ ਇਹ ਗੱਲ ਇੱਦਾਂ ਤਾਂ ਹੁੰਦਾ ਨਹੀਂ ਹੁੰਦਾ ਵੀ ਇਹਦੇ ਵਿੱਚੋਂ ਬਿਲਕੁਲ ਇੱਦਾਂ ਸੱਚ ਤੇ ਝੂਠ ਨਿਕਲ ਜਾਏ ਵੀ ਸਹੀ ਤੇ ਗਲਤ ਹੋ ਜਾਏ, ਵਿਚਾਰੇ ਹੀ ਹੋਣੀ ਆ ਬਸ ਉਹਦੇ ਨਾਲ ਸਾਡੇ ਥੋੜੇ ਜਿਹੇ ਜਿਹੜੇ ਸ਼ੰਕੇ ਆ ਉਹ ਬਸ ਇੱਦਾਂ ਹੁੰਦੀਆਂ ਰਹਿਣ ਤਾਂ ਫਿਰ ਹੌਲੀ ਹੌਲੀ ਆਪਾਂ।
ਮੇਰੀ 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 ਆਖਰੀ ਚ ਇਹੀ ਬੇਨਤੀ ਹੈ ਕਿ ਤੁਸੀਂ ਅਗਰ ਕਦੇ ਐਸਾ ਕਿਸੇ ਦਾ ਤੁਹਾਡਾ ਨਹੀਂ ਤੇ ਕਿਸੇ ਦਾ ਵੀ ਅਗਰ ਕੋਈ ਸੰਪਰਕ ਹੁੰਦਾ ਭਾਈ ਸਾਹਿਬ ਦੇ ਨਾਲ, ਹਾਂਜੀ, ਉਹਨਾਂ ਨੂੰ ਇਹ ਜ਼ਰੂਰ ਗੱਲ ਪੁੱਛਣ ਕਿ ਵੀ ਤੁਸੀਂ ਇਹ ਗੱਲ ਦਾ ਵਿਚਾਰ ਕਰੋ ਕਿ ਇਸ ਕੁੱਲ ਕਾਇਨਾਤ ਦੇ ਵਿੱਚ, ਕੁਦਰਤ ਦੇ ਵਿੱਚ ਜਿਹਦੇ ਚ ਅਸੀਂ ਰਹਿ ਰਹੇ ਹਾਂ, ਇਹਦਾ ਕੋਈ ਨਿਯਮ ਜਾਂ ਇਹਦੇ ਵਿੱਚ ਆਉਣ ਵਾਲਾ ਕੋਈ ਵਿਚਾਰ, ਹਾਂਜੀ, ਕਿਆ ਕੁਦਰਤ ਦੇ ਬਾਹਰੋਂ ਆਉਂਦਾ ਜਾਂ ਉਹ ਗੈਰ ਕੁਦਰਤੀ ਹੁੰਦਾ? ਕੋਈ ਨਿਯਮ ਵੀ ਕੁਦਰਤ ਦਾ ਗੈਰ ਕੁਦਰਤੀ ਹੈ? ਨਹੀਂ ਨਹੀਂ, ਠੀਕ ਹੈ ਠੀਕ ਹੈ ਜੀ, ਕੋਈ ਨੀ, ਆਪਾਂ ਕੋਸ਼ਿਸ਼ ਕਰਾਂਗੇ, ਕੋਈ ਨੀ, ਕੋਸ਼ਿਸ਼ ਕਰਾਂਗੇ ਆਪਾਂ, ਇਹਦੇ ਜਵਾਬ ਵਿੱਚ ਅਸੀਂ ਬੜੀ ਸਾਰੀ ਗੁੱਥੀਆਂ ਜਿਹੜੀਆਂ ਖੋਲ ਪਾਵਾਂਗੇ। ਨਹੀਂ ਨਹੀਂ, ਠੀਕ ਹੈ ਠੀਕ ਹੈ ਠੀਕ ਹੈ, ਥੈਂਕ ਯੂ ਜੀ, ਥੈਂਕ ਯੂ, ਤੇ ਚਲੋ ਜੀ, ਆਪਾਂ ਫਿਰ ਜਦੋਂ ਵੀ ਕਿਤੇ ਸਬੱਬ ਬਣਿਆ ਹੋਰ ਕਿਸੇ ਵਿਸ਼ੇ ਦੇ ਉੱਤੇ, ਹਨਾ, ਤੇ ਇਹਨੂੰ ਬਹੁਤ ਸਾਰੇ ਵੀਰਾਂ ਦੇ ਸਵਾਲ ਜਿਹੜੇ ਆ ਉਹ ਆਉਂਦੇ ਰਹੇ ਆ, ਇਹਨੂੰ ਆਪਾਂ ਚਲੋ ਰੇਡੀਓ ਦੇ ਰਾਹੀਂ ਤਾਂ ਆਪਾਂ ਕਰਦੇ ਹੀ ਰਹਾਂਗੇ, ਅਸੀਂ ਤਾਂ ਕਲੀਅਰ ਹੀ ਹਾਂ, ਸਾਨੂੰ ਤਾਂ ਇੱਦਾਂ ਨਹੀਂ ਹੈਗਾ ਵੀ ਉਹ ਉਹਨਾਂ ਨੇ ਕੋਈ ਗੱਲ ਇੱਦਾਂ ਦੀ ਕਹਿਣੀ ਆ ਕਿਸੇ ਵਿਦਵਾਨ ਨੇ, ਤੇ ਫਿਰ ਅਸੀਂ ਆਪਣੀ ਜਿਹੜੀ ਪਰਿਭਾਸ਼ਾ ਆ ਉਹ ਨਿਯਤ ਕਰਨੀ ਆ, ਹਨਾ, ਸਾਡੇ ਲਈ ਤਾਂ ਸੌਖਾ ਹੀ ਆ। ਪਰ ਖੈਰ ਆਪਾਂ ਬ੍ਰੇਕ ਲੈ ਲਈਏ ਜੀ, ਤੇ ਬ੍ਰੇਕ ਤੋਂ ਬਾਅਦ ਇੱਕ ਦੋ ਵੀਰਾਂ ਦੀਆਂ ਕਾਲਾਂ ਮਿਸ ਹੋਈਆਂ ਸੀ, ਉਹ ਬਾਅਦ ਵਿੱਚ ਫਿਰ ਆਪਾਂ ਦੁਬਾਰਾ ਉਹਨਾਂ ਨਾਲ ਗੱਲ ਕਰਕੇ ਦੇਖ ਲੈਂਦੇ ਹਾਂ।